ਮਾਲ ਪਲਾਜ਼ੇ ਆ ਗਏ ਹੱਟੀਆਂ ਗਈਆਂ ਮੁੱਕ। ਮਾਲ ਪਲਾਜ਼ੇ ਆ ਗਏ ਹੱਟੀਆਂ ਗਈਆਂ ਮੁੱਕ, ਧਰਤੀ ਰੁੰਡ ਮਰੁੰਡ ਹੈ, ਅਸੀਂ ਵੱਢ ਮੁਕਾਏ ਰੁੱਖ। ਜ਼ਹਿਰ ਬਣੀ ਹਵਾ ਤੇ ਪਾਣੀ, ਹੁਣ ਸੁੰਨੀ ਹੋ ਗਈ ਕੁੱਖ। ਅੱਜ ਲੋੜਵੰਦਾਂ ਨੂੰ ਦੇਖ ਕੇ ਹਰ ਕੋਈ ਫੇਰੇ ਮੁੱਖ, ਅੱਜ ਲੋੜਵੰਦਾਂ ਨੂੰ ਦੇਖ ਕੇ ਜੀ ਹਰ ਕੋਈ ਫੇਰੇ ਮੁੱਖ। ਕਿਸੇ ਚੰਗੇ ਸ਼ਹਿਰ ਦੀਆਂ ਕਈਆਂ ਹੋਈਆਂ ਚੰਗੀਆਂ ਸਤਰਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਲਾਈਵ ਸ਼ੋਅ ਥੋੜ੍ਹਾ ਸੋਸ਼ਲ ਵਿਸ਼ਿਆਂ 'ਤੇ ਗੱਲਬਾਤ ਕਰੀ ਦੀ ਹੈ, ਸਮਾਜਿਕ ਵਿਸ਼ਿਆਂ 'ਤੇ ਗੱਲਬਾਤ ਕਰੀ ਦੀ ਹੈ, ਆਪਣੇ ਨੇੜੇ ਤੇੜੇ ਦੀ ਗੱਲਬਾਤ ਕਰੀ ਦੀ ਹੈ ਅੱਜ ਦੇ ਵਿਸ਼ੇ ਵਿੱਚ, ਔਰ ਅੱਜ ਵੀ ਤਕਰੀਬਨ ਉੱਦਾਂ ਦੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਜਿਹੜੀ ਅੱਜ ਦਾ ਸ਼ਾਇਦ ਵਿਸ਼ਾ ਵੀ ਮੈਂ ਉਹੀ ਰੱਖਾਂ ਵਿਸ਼ਾ ਵੀ, ਕਿਉਂਕਿ ਪੰਜਾਬ ਨਾਲ ਸੰਬੰਧਿਤ ਜਾਂ ਪੰਜਾਬ ਦੇ ਆਲੇ ਦੁਆਲੇ ਨਾਲ ਸੰਬੰਧਿਤ ਜਦੋਂ ਕੋਈ ਖਬਰ ਆਉਂਦੀ ਹੈ ਤਾਂ ਉਦੋਂ ਸਾਰੇ ਚੰਗੀ ਖਬਰ ਹੈ ਤਾਂ ਸਾਰੇ ਚੰਗਾ ਮਹਿਸੂਸ ਕਰਦੇ ਨੇ, ਜੇ ਕੋਈ ਮਾੜੀ ਖਬਰ ਹੈ ਤਾਂ ਸਾਰੇ ਸੋਚਣ ਵਾਸਤੇ ਮਜਬੂਰ ਹੋ ਜਾਂਦੇ ਨੇ ਕਿ ਇਹੋ ਜਿਹੀਆਂ ਖਬਰਾਂ ਕਿਉਂ ਆਉਂਦੀਆਂ ਨੇ। ਜਦਕਿ ਇਹੋ ਜਿਹੀਆਂ ਖਬਰਾਂ ਹੋ ਸਕਦਾ ਪਹਿਲਾਂ ਘੱਟ ਆਉਂਦੀਆਂ ਹੋਣ ਜਾਂ ਪਹਿਲਾਂ ਹਾਈਲਾਈਟ ਨਹੀਂ ਹੁੰਦੀਆਂ ਹੋਣਗੀਆਂ, ਹੁਣ ਜ਼ਿਆਦਾ ਹੋਣ ਲੱਗ ਪਈਆਂ। ਇੱਕ ਕੱਲ੍ਹ ਦੀ ਤਾਜ਼ੀ ਖਬਰ ਹੈ ਜੀ, ਅਮੈਰੀਕਾ ਨੇ ਇੱਕ ਹੋਰ ਜਹਾਜ਼ ਭਰ ਕੇ ਸਿੱਧਾ ਦਿੱਲੀ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਉਤਾਰਿਆ, ਪੂਰੇ ਦਾ ਪੂਰਾ ਸਾਲ ਮਜਾਜ, ਮਤਲਬ ਕਹਿਣ ਦਾ 160 ਪੰਜਾਬੀ ਜਿਨ੍ਹਾਂ ਦੇ ਵਿੱਚ ਜ਼ਿਆਦਾ ਸੀਗਾ, ਹਰਿਆਣਵੀ ਜ਼ਿਆਦਾ ਸੀ ਅਤੇ ਪੰਜਾਬੀ ਜ਼ਿਆਦਾ ਸੀ, 160 ਲੋਕਾਂ ਨੂੰ ਡਿਪੋਰਟ ਕੀਤਾ ਇੱਕ ਵਾਰ ਫੇਰ। ਔਰ ਉਹਨਾਂ ਦੇ ਵਿੱਚੋਂ ਜ਼ਿਆਦਾ ਪੰਜਾਬੀ ਜਿਹੜੇ ਸੀ ਉਹਨਾਂ ਨੇ ਦੱਸਿਆ ਵੀ ਅਸੀਂ 25 ਤੋਂ 40 ਲੱਖ ਰੁਪਈਆ ਏਜੰਟਾਂ ਨੂੰ ਦੇ ਕੇ ਆਏ ਸੀਗੇ, ਅਤੇ ਉਹਨਾਂ ਦੇ ਵਿੱਚੋਂ ਕੁਛ ਤਾਂ ਹਜੇ ਤਾਜ਼ੇ ਤਾਜ਼ੇ ਵਿਚਾਰੇ ਐਂਟਰ ਕੀਤੇ ਸੀਗੇ ਅਮੈਰੀਕਾ ਦੇ ਵਿੱਚ, ਅਤੇ ਕੁਛ ਜਿਹੜੇ ਪੁਰਾਣੇ ਵੀ ਉਹਨਾਂ ਨੇ ਚੱਕੇ ਨੇ। ਪੁਰਾਣੇ ਮੀਨਸ ਉਹਨਾਂ 'ਚੋਂ ਇੱਕ ਦੋ ਬੰਦੇ ਇਹੋ ਜਿਹੇ ਸੀ ਜਿਹੜੇ 25-25-30-30 ਸਾਲ ਹੋ ਗਏ ਇੱਥੇ ਬੈਠੇ ਸੀਗੇ, ਬਿਨਾਂ ਪੇਪਰਾਂ ਤੋਂ ਕੰਮ ਕਾਰ ਕਰੀ ਜਾਂਦੇ ਸੀ, ਕੋਈ ਬਾਹਲਾ ਪੁੱਛ ਗਿੱਛ ਨਹੀਂ ਸੀ, ਉਹਨਾਂ ਨੂੰ ਵੀ ਉਹਨਾਂ ਨੇ ਡਿਪੋਰਟ ਕਰ ਦਿੱਤਾ ਵਾ। ਮਤਲਬ ਕਹਿਣ ਦਾ ਹੋ ਸਕਦਾ ਕਿਸੇ ਨੇ ਸ਼ਿਕਾਇਤ ਕਰਤੀ ਹੋਵੇ ਜਾਂ ਕਿਸੇ ਨੇ ਕੀ ਕੀਤਾ ਇਹ ਨਹੀਂ ਪਤਾ, ਪਰ 160 ਬੰਦੇ ਜਿਹੜੇ ਡਿਪੋਰਟ ਹੋਏ ਨੇ ਉਹਨਾਂ ਦੇ ਚਿਹਰੇ ਜਿਹੜੇ ਆ ਉਹ ਦੇਖਣ ਵਾਲੇ ਸੀਗੇ। 25 ਤੋਂ 40 ਲੱਖ ਰੁਪਈਆ ਵੀ ਗਿਆ, ਅਤੇ ਚਲੋ ਇੱਕ ਸ਼ੁਕਰ ਪਰਮਾਤਮਾ ਦਾ ਉਹਨਾਂ ਨੂੰ ਕਰਨਾ ਚਾਹੀਦਾ ਕਿ ਸਹੀ ਸਲਾਮਤ ਘਰੇ ਵਾਪਸ ਪਹੁੰਚ ਗਏ, ਨਹੀਂ ਤਾਂ ਹਜ਼ਾਰਾਂ ਲੋਕ, ਹਜ਼ਾਰਾਂ ਪੰਜਾਬੀਆਂ ਨੂੰ ਹਜੇ ਵੀ ਘਰਾਂ ਦੇ ਵਿੱਚ ਮਾਵਾਂ ਉਡੀਕਦੀਆਂ ਨੇ, ਅੱਖੀਆਂ 'ਚੋਂ ਹੰਝੂ ਸੁੱਕ ਗਏ ਨੇ, ਤਾਂ ਉਹ ਉਡੀਕਦੀਆਂ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਹੈਗੇ ਵੀ ਕਿੱਥੇ ਰਾਹ ਦੇ ਵਿੱਚ ਏਜੰਟਾਂ ਨੇ ਕਿੱਥੇ ਖੁਰਦ ਬੁਰਦ ਕਰ ਦਿੱਤੇ ਆ। ਚਲੋ ਖੈਰ, ਮੈਂ ਅੱਜ ਸੋਚਦਾ ਵਿਸ਼ਾ ਵੀ ਇਹਦੇ ਨੇੜੇ ਤੜੀ ਥੋੜ੍ਹਾ ਜਿਹਾ ਰੱਖੀਏ, ਕਿਉਂਕਿ ਅਵੇਅਰ ਕਰਨ ਵਾਸਤੇ ਬਹੁਤ ਜ਼ਰੂਰੀ ਹੈਗੀਆਂ ਗੱਲਾਂ ਇਹ। ਪਰ ਉਸ ਤੋਂ ਪਹਿਲਾਂ ਥੋੜ੍ਹਾ ਚਲੋ ਸ਼ੁਗਲ ਮੇਲੇ ਦੀ ਗੱਲ ਜੇ ਕਰੀਏ ਜਾਂ ਕਹਿ ਲਈਏ ਵੀ ਥੋੜ੍ਹਾ ਐਂਟਰਟੇਨਮੈਂਟ ਦੀ ਕੋਸ਼ਿਸ਼ ਕਰੀ ਦੀ ਆ ਇਹਦੇ ਵਿੱਚ, ਅਤੇ ਉਹ ਕਰ ਲਈਏ ਮੇਲ ਬਾਕਸ ਦੇ ਵਿੱਚ। ਮੇਲ ਬਾਕਸ ਦੇ ਵਿੱਚ ਸੁਨੇਹੇ ਸੱਜਣਾਂ ਦੇ ਹੁੰਦੇ, ਜਿਹੜੇ ਤੁਹਾਡੇ ਸਵਾਲ ਹੁੰਦੇ ਨੇ ਕੁਛ, ਉਹਨਾਂ ਨੂੰ ਥੋੜ੍ਹਾ ਜਿਹਾ ਕਰਕੇ ਮਸਾਲਾ ਮਸੂਲਾ ਲਾ ਕੇ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈ, ਅਤੇ ਉਮੀਦ ਕਰਦੇ ਹਾਂ ਤੁਸੀਂ ਚੰਗੇ ਵੀ ਲੱਗਦੇ ਤੁਹਾਨੂੰ ਔਰ ਪਸੰਦ ਵੀ ਕਰਦੇ ਹੋ ਤੁਸੀਂ ਇਹ ਅਲੱਗ ਅਲੱਗ ਦਿਨਾਂ ਦੇ ਵਿੱਚ ਅਲੱਗ ਅਲੱਗ ਵਿਸ਼ਾ ਜਿਹੜਾ ਮੈਂ ਰੱਖਦਾ। ਪਹਿਲਾਂ ਤਕਰੀਬਨ 15 ਮਿੰਟ 20 ਮਿੰਟ ਜਾਂ ਅੱਧਾ ਘੰਟਾ ਕਈ ਵਾਰੀ ਉਹ ਉਸ ਵਿਸ਼ੇ ਦੇ ਆਲੇ ਦੁਆਲੇ ਘੁੰਮੀਦਾ, ਅਤੇ ਉਹ ਫਿਰ ਤੁਸੀਂ ਉਹਨੂੰ ਚੰਗਾ ਵੀ ਸਮਝਦੇ ਹੋ। ਪਹਿਲਾ ਸਵਾਲ ਜਿਹੜਾ, ਜਸਕੀਰਤ ਕੌਰ ਛਾਬੜਾ ਸ਼ਿਕਾਗੋ ਤੋਂ, ਇਲਾਨੋਇਸ ਸ਼ਿਕਾਗੋ ਨੇੜੇ ਪੈਂਦਾ, ਉਹਨਾਂ ਨੇ ਕਿਹਾ ਇਹ, ਚਲੋ ਮੈਂ ਸਵਾਲ 'ਚ ਹੀ ਪੜ੍ਹ ਦਿੰਦਾ, ਕਹਿੰਦੇ ਵੀ ਜੱਗੀ ਜੀ ਤੁਹਾਨੂੰ ਮੈਂ ਉੱਥੇ ਸ਼ਿਕਾਗੋ ਮਿਲੇ ਸੀ ਅਤੇ ਬਹੁਤ ਚੰਗਾ ਲੱਗਾ, ਪਰ ਮੈਂ ਉਦੋਂ ਇੱਕ ਤੁਹਾਨੂੰ ਸਵਾਲ ਪੁੱਛਿਆ ਜੀ, ਤੁਸੀਂ ਉਹਦਾ ਜਵਾਬ ਨਹੀਂ ਦਿੱਤਾ, ਇਸ ਕਰਕੇ ਮੈਨੂੰ ਦੁਬਾਰਾ ਸਵਾਲ ਪੁੱਛਣਾ ਪੈ ਰਿਹਾ। ਚਲੋ ਜੀ, ਪਹਿਲਾਂ ਤਾਂ ਸਵਾਲ ਤੁਹਾਡੇ ਨਾਲ ਬਾਅਦ ਦੇ ਵਿੱਚ ਪੜ੍ਹਦਾ, ਤਾਂ ਪਹਿਲਾਂ ਮੈਂ ਮਾਫ਼ੀ ਚਾਹੁੰਦਾ, ਉਦੋਂ ਰਸ਼ ਇੰਨਾ ਸੀ ਜਾਂ ਭੱਜ ਦੌੜ ਜੀ ਇੰਨੀ ਸੀਗੀ ਜਦੋਂ ਤੁਸੀਂ ਮਿਲੇ ਹੋ, ਅਤੇ ਉਹ ਇਸ ਕਰਕੇ ਮੈਂ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚੋਂ ਨਿਕਲ ਗਿਆ ਸੀਗਾ, ਹੁਣ ਤੁਸੀਂ ਦੁਬਾਰਾ ਪੁੱਛ ਲਿਆ ਜੀ, ਆਪਾਂ ਜਵਾਬ ਦੇ ਦਿੰਦੇ ਹਾਂ ਤੁਹਾਡਾ। ਪਹਿਲਾਂ ਥੈਂਕ ਯੂ ਬਹੁਤ, ਤੁਸੀਂ ਮੈਨੂੰ ਯਾਦ ਕਰਾਇਆ, ਜਾਂ ਤੋਂ ਧਿਆਨ ਰੱਖੂੰਗਾ ਇਹਨਾਂ ਚੀਜ਼ਾਂ ਦਾ। ਸਵਾਲ ਤੁਹਾਡਾ ਇਹ ਹੈ ਕਿ ਅਕਲ ਵੱਡੀ ਹੁੰਦੀ ਹੈ ਕਿ ਮੱਝ? ਸਵਾਲ ਇਹ ਮੁਹਾਵਰਾ ਸਵਾਲ ਨਹੀਂ, ਇੱਕ ਮੁਹਾਵਰਾ ਹੈਗਾ, ਅਕਲ ਵੱਡੀ ਕੇ ਮੱਝ, ਅਕਲ ਬੜੀ ਕੇ ਭੈਂਸ, ਹਿੰਦੀ ਦੇ ਵਿੱਚ ਹੁੰਦਾ ਸੀਗਾ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀਗੇ। ਸੋ ਇਹਦਾ ਜਵਾਬ ਜਿਹੜਾ ਇਹ ਹੈ ਵੀ ਜੇ ਤਾਂ ਸਾਈਜ਼ ਦੇ ਹਿਸਾਬ ਨਾਲ ਦੇਖੀਏ, ਅਕਲ ਤਾਂ ਆਪਾਂ ਦੇਖੀ ਨਹੀਂ ਕਿਸੇ ਨੇ ਵੀ ਉਹਦਾ ਸਾਈਜ਼ ਇੰਨਾ ਕੁ ਹੁੰਦਾ ਕਿ ਇੰਨਾ ਕੁ ਹੁੰਦਾ ਕਿ ਇੰਨਾ ਕੁ ਹੁੰਦਾ, ਉਹ ਤਾਂ ਬੰਦੇ ਦੀਆਂ ਹਰਕਤਾਂ ਤੋਂ ਪਤਾ ਲੱਗਦੀ ਵੀ ਇਹਨੂੰ ਅਕਲ ਹੈਗੀ ਕਿ ਨਹੀਂ ਹੈਗੀ, ਅਤੇ ਮੱਝ ਐਡੀ ਵੱਡੀ ਹੁੰਦੀ ਆ ਉਹਦੇ ਹਿਸਾਬ ਨਾਲ ਤਾਂ ਮੱਝ ਜਿਹੜੀ ਆ ਮੱਝ ਹੀ ਵੱਡੀ ਬਣਦੀ ਆ। ਦੂਜਾ ਇਹ ਹੈ ਕਿ ਜਾਂ ਦੋਹਾਂ ਦਾ ਡੇਟ ਔਫ ਬਰਥ ਪਤਾ ਹੋਵੇ ਤਾਂ ਫਿਰ ਬਣਦੀ ਹੈ ਗੱਲ ਇਹ ਤਾਂ, ਪਰ ਅਸਲ ਦੇ ਵਿੱਚ ਮੇਰਾ ਖਿਆਲ ਆ ਵੀ ਅਕਲ ਹੀ ਵੱਡੀ ਹੋਣੀ ਆ, ਕਿਉਂਕਿ ਮੱਝ 'ਤੇ ਇੰਨੇ ਮੁਹਾਵਰੇ ਬਣੇ ਆ
ਜੇ ਮੱਝ ਵਿੱਚ ਅਕਲ ਹੁੰਦੀ ਜਾਂ ਮੱਝ ਦੀ ਅਕਲ ਨਾਲ ਕੰਪੈਰੀਜ਼ਨ ਕੀਤਾ ਜਾ ਸਕਦਾ ਹੁੰਦਾ ਤਾਂ ਮੁਹਾਵਰੇ ਨਹੀਂ ਹੁੰਦੇ। ਇੱਕ ਵੀ ਕਹਿੰਦੇ ਵੀ ਅਕਲ ਵੱਡੀ ਕਿ ਮੱਝ, ਇਹ ਤਾਂ ਚਲੋ ਹੈਗਾ ਹੀ ਹੈਗਾ ਮੁਹਾਵਰਾ। ਇੱਕ ਹੈਗਾ ਕਿ ਇਹ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ, ਇਹਦਾ ਮਤਲਬ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ, ਵੀ ਇਹਦਾ ਵੀ ਮਤਲਬ ਇਹੀ ਕਹਿ ਦਿੰਦੇ ਆਪਾਂ ਬਈ ਕਿ ਕਿਸੇ ਮੂਹਰੇ ਜਿਹਨੇ ਅਸਰ ਹੀ ਨਹੀਂ ਹੋਣਾ ਉੱਤੇ ਉਹਨੂੰ ਕੁਛ ਗੱਲ ਕਹਿਣ ਦਾ ਕੀ ਫਾਇਦਾ। ਇਸ ਕਰਕੇ ਮੱਝਾਂ 'ਤੇ ਇੰਨੇ ਕੁ ਜ਼ਿਆਦਾ ਬਣੀਆਂ ਹੋਈਆਂ ਗੱਲਾਂ, ਮੱਝਾਂ ਨੂੰ ਨਹੀਂ ਪਤਾ ਹੋਣਾ ਵੀ ਅਸੀਂ ਇੰਨੀਆਂ ਜਿਹੜੀਆਂ ਮਸ਼ਹੂਰ ਹੈਗੀਆਂ ਸਾਡੇ 'ਤੇ ਇੰਨੇ ਮੁਹਾਵਰੇ ਬਣੇ ਨੇ। ਸੋ ਇਹਦਾ ਗੱਲਾਂ ਤੋਂ ਲੱਗਦਾ ਕਿ ਮੱਝ ਜਿਹੜੀ ਹੈ ਉਹ ਵੱਡੀ ਸਿਰਫ ਸਿਹਤ ਪੱਖੋਂ ਹੁੰਦੀ ਹੈ। ਅਕਲ ਜਿਹੜੀ ਹੈ, ਅਕਲ ਤਾਂ ਉਹ ਕਹਿੰਦੇ ਨਾ ਵੀ ਸਿਆਣੇ ਕਹਿੰਦੇ ਆ ਵੀ ਕਿਸਮਤ ਦੇ ਨਾਲ ਅਕਲ ਜੇ ਹੋਵੇ ਬੰਦੇ ਨੂੰ ਤਾਂ ਬੰਦਾ ਵਾਰੇ ਨਿਆਰੇ ਹੋ ਜਾਂਦੀ ਹੈ। ਮਤਲਬ ਜਿੱਥੇ ਕਹਿੰਦੇ ਵੀ ਕਿਸਮਤ 10 ਤੋਲੇ ਹੋਵੇ ਤਾਂ ਅਕਲ ਵਿੱਚ 3 ਤੋਲੇ ਵੀ ਨਾਲ ਰਲ ਜਾਵੇ। ਅਕਲ ਤਾਂ ਤੋਲਿਆਂ ਦੇ ਵਿੱਚ ਹੀ ਬਹੁਤ ਹੁੰਦੀ ਹੈ, ਕਿਲੋਆਂ ਦੇ ਵਿੱਚ ਜਾਂ ਕੁਆਂਟਲਾਂ ਦੇ ਵਿੱਚ ਤਾਂ ਮੱਝ ਹੁੰਦੀ ਹੈ, ਅਕਲ ਤੋਲਿਆਂ ਵਿੱਚ ਵੀ ਬਹੁਤ ਹੁੰਦੀ ਹੈ ਅਗਰ ਬੰਦੇ ਨੂੰ ਹੋਵੇ ਤਾਂ। ਵੈਸੇ ਕਹਿੰਦੇ ਵੀ ਅਕਲ ਜਿਹੜੀ ਹੈ ਉਹ ਬਦਾਮ ਖਾ ਕੇ ਨਹੀਂ ਆਉਂਦੀ, ਧੱਕੇ ਖਾ ਕੇ ਹੀ ਆਉਂਦੀ ਹੈ। ਸੋ ਅਕਲ ਦੀ ਗੱਲ ਆਪਾਂ ਪੂਰੀ ਫਿਰ ਕਿਤੇ ਕਰਾਂਗੇ। ਅੱਜ ਅਗਲਾ ਸਵਾਲ ਲੈਂਦੇ ਸ਼ਰਨਜੀਤ ਸਿੰਘ ਨਿਊ ਮੈਕਸੀਕੋ ਤੋਂ। ਉਹ ਕਹਿੰਦੇ ਜੀ ਮੈਂ ਤੁਹਾਡੇ ਭਰਾ ਬਿੱਕਰ ਬਾਦਸ਼ਾਹ ਕੋਲੋਂ ਗਾਣਾ ਸਿੱਖਣਾ ਚਾਹੁੰਦਾ ਕਿ ਤੁਸੀਂ ਮੇਰੀ ਸਿਫਾਰਿਸ਼ ਕਰ ਦਿਓਗੇ। ਪਹਿਲੀ ਗੱਲ ਤਾਂ ਜੀ ਇਹ ਮੈਨੂੰ ਅੱਜ ਤੁਹਾਡੇ ਕੋਲੋਂ ਪਤਾ ਲੱਗਿਆ ਵੀ ਉਹ ਗਾਣਾ ਵੀ ਗਾਉਂਦਾ। ਐਂ ਤਾਂ ਵੈਸੇ ਸਾਰੇ ਹੀ ਗਾਉਂਦੇ ਆ, ਪਰ ਸਿੱਖਣ ਸੁੱਖਣ ਵਾਲੀ ਗੱਲ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਉਹਦੇ ਪੱਲੇ ਹੈ ਨਹੀਂ ਕੁਛ ਵੀ। ਉਹਨੂੰ ਗਾਉਣ ਦਾ ਸ਼ੌਕ ਵੈਸੇ ਪਹਿਲਾਂ ਤੋਂ ਹੈਗਾ, ਉਹ ਤੁਹਾਡੇ ਫਿੱਟ ਨਹੀਂ ਬੈਠਣ ਵਾਲੇ। ਮੈਨੂੰ ਤੁਹਾਨੂੰ ਪੁੱਛਣਾ ਹੀ ਨਹੀਂ ਚਾਹੀਦਾ ਸੀ, ਮੈਂ ਤਾਂ ਕਦੇ ਉਹਨੂੰ ਆਉਂਦਾ ਵੀ ਹੋਵੇ ਸਿਖਾਉਣ ਦਾ ਮੈਂ ਤਾਂ ਵੀ ਕਦੇ ਉਹਦਾ ਰਿਕਮੈਂਡ ਨਾ ਕਰਾਂ। ਉਹ ਇੱਕ ਵਾਰੀ ਪਟਿਆਲੇ ਪ੍ਰੋਗਰਾਮ ਸੀਗੇ ਚਲੇ ਗਿਆ, ਮੈਨੂੰ ਕਹਿੰਦਾ ਤੂੰ ਚੱਲ ਨਾਲ ਚੱਲ ਮੇਰੇ ਗਜ਼ਲਾਂ ਦਾ ਪ੍ਰੋਗਰਾਮ ਉੱਥੇ। ਮੈਂ ਗੱਲ ਦੱਸਦਾ ਸੱਚੀ ਤੁਹਾਨੂੰ ਉਹਦੀ, ਗਜ਼ਲਾਂ ਦਾ ਪ੍ਰੋਗਰਾਮ ਉਹਨੇ ਉੱਥੇ ਗਾਉਣਾ ਸ਼ੁਰੂ ਕਰਤਾ। ਬਹਿ ਕੇ ਕਹਿੰਦਾ ਮੈਨੂੰ ਗਾਉਣਾ ਆਉਂਦਾ ਨਹੀਂ, ਤਾਂ ਹੇਕ ਜੀ ਲਾਈ ਉਹਨੇ ਆ ਜੇ ਕੀਤਾ, ਲੋਕ ਹੱਸ ਪਏ। ਉਹਨੇ ਕਿਹਾ ਵੀ ਗਜ਼ਲ ਕਿਤੇ ਚੱਲ ਗਈ, ਉਹਨੇ ਫਿਰ ਆ ਜੇ ਕੀਤਾ। ਇੱਕ ਦਰਸ਼ਕਾਂ ਦੇ ਵਿੱਚ ਬੁੜੀ ਬਜ਼ੁਰਗ ਲੇਡੀ ਬੈਠੀ ਸੀ ਅਤੇ ਉਹ ਰੋਣ ਲੱਗ ਪਈ, ਅਤੇ ਬਿੱਕਰ ਨੇ ਸੋਚਿਆ ਵੀ ਗਜ਼ਲ ਮੇਰੀ ਉਦਾਸ ਆ, ਬੁੜੀ ਨੂੰ ਕੋਈ ਪੁਰਾਣੇ ਦਿਨ ਚੇਤੇ ਆ ਗਏ ਅਤੇ ਇਹਨੂੰ ਗਜ਼ਲ ਮੇਰੀ ਪਸੰਦ ਆਈ, ਇਕੱਲੀ ਇਹਨੂੰ ਆਈ, ਬਾਕੀ ਲੋਕ ਹੱਸੀ ਜਾਂਦੇ ਸੀਗੇ। ਗਜ਼ਲ ਗਾ ਕੇ ਬੁੜੀ ਦੇ ਪੈਰੀਂ ਹੱਥ ਲਾ ਕੇ ਕਹਿੰਦਾ ਮਾਤਾ ਜੀ ਤੁਹਾਨੂੰ ਮੇਰੀ ਗਜ਼ਲ ਪਸੰਦ ਆਈ ਹੈ? ਉਹ ਕਹਿੰਦੇ ਵੀ ਨਾ, ਮੈਂ ਨਪੋਤਿਆਂ ਤਾਂ ਤੇਰੀ ਗਜ਼ਲ ਕਾਹਨੂੰ ਪਸੰਦ ਆਈ ਆ। ਇਹ ਕਹਿੰਦਾ ਬਿੱਕਰ ਵੀ ਜੇ ਮੈਂ ਗਜ਼ਲ ਨਹੀਂ ਪਸੰਦ ਆਈ ਤਾਂ ਜਦੋਂ ਮੈਂ ਗਾਉਂਦਾ ਸੀ ਤਾਂ ਮਾਤਾ ਜੀ ਤੁਸੀਂ ਰੋਂਦੇ ਕਿਉਂ ਸੀ? ਉਹ ਕਹਿੰਦੀ ਨਪੋਤਿਆਂ ਦੇ ਆ, ਮੈਨੂੰ ਤਾਂ ਤੇਰੇ 'ਤੇ ਤਰਸ ਆ ਗਿਆ, ਪਰਸੋਂ ਸਾਡਾ ਕੱਟਾ ਤੇਰੇ ਵਾਂਗੂ ਅੜਿੰਗ ਅੜਿੰਗ ਕੇ ਮਰ ਗਿਆ ਸੀ। ਸੋ ਇਹ ਹਿਸਾਬ ਲਾ ਲਓ ਵੀ ਹੁਣ ਕਿੰਨਾ ਕੁ ਉਹਨੂੰ ਗਾਉਂਦਾ ਹੋਊ, ਕਿੰਨਾ ਕੁ ਨਹੀਂ ਗਾਉਣਾ ਆਉਂਦਾ ਹੋਊਗਾ। ਸੋ ਮੈਂ ਤਾਂ ਇਹ ਸੋਚਦਾ ਅੱਜ ਕੱਲ੍ਹ ਜੇ ਤੁਸੀਂ ਗਾਉਣਾ ਅਤੇ ਗਾਉਣ ਵਾਸਤੇ ਸਿੱਖਣ ਦੀ ਲੋੜ ਨਹੀਂ ਹੈਗੀ, ਹਾਂਜੀ ਮਸ਼ੀਨਾਂ ਆਪੇ ਗਵਾ ਦਿੰਦੀਆਂ, ਠੀਕ ਹੈ ਜੀ, ਜੇ ਹਿੱਟ ਹੋਣਾ ਸੱਚ, ਜੇ ਗਾਉਣਾ ਨਹੀਂ, ਜੇ ਹਿੱਟ ਹੋਣਾ ਫਿਰ ਸਿੱਖਣ ਦੀ ਕੋਈ ਲੋੜ ਨਹੀਂ। ਲਓ ਜੀ ਅਗਲਾ ਹੈਗਾ ਜੀ ਅਸ਼ਮੀਤ ਕੌਰ ਕੁਲਾਰ ਕੈਲਗਿਰੀ ਤੋਂ। ਕਹਿੰਦੇ ਅੱਜ ਕੱਲ੍ਹ ਮੋਬਾਈਲ ਇੱਕ ਬਹੁਤ ਜ਼ਰੂਰੀ ਹੋ ਗਿਆ ਹੈ, ਤੁਸੀਂ ਕੱਲ੍ਹ ਵੀ ਮੋਬਾਈਲ ਦੀ ਗੱਲ ਕੀਤੀ ਸੀ ਅਤੇ ਇਸਦੇ ਬਹੁਤ ਨੁਕਸਾਨ ਵੀ ਹੋ ਰਹੇ ਨੇ, ਪਰ ਅਸੀਂ ਫਿਰ ਵੀ ਨਹੀਂ ਹਟਦੇ, ਕੀ ਕਾਰਨ ਹੈ? ਲਓ ਜੀ ਨੁਕਸਾਨ ਆਪਣਾ ਤਾਂ ਜਿਹੜਾ ਹੁੰਦਾ ਹੁੰਦਾ ਹੀ ਹੈ, ਕੱਲ੍ਹ ਗੱਲ ਕੀਤੀ ਸੀਗੀ ਜੀ, ਹੈਂਜੀ, ਦੂਜਿਆਂ ਦਾ ਨੁਕਸਾਨ ਵੀ ਕਰਨ ਦਾ ਮੋਬਾਈਲ ਕਦੇ। ਹੁਣ ਸੋਚਣ ਵਾਲੀ ਗੱਲ ਇਹ ਹੈ, ਆਪਣਾ ਨੁਕਸਾਨ ਤਾਂ ਇਹ ਹੈਗਾ ਵੀ ਟਾਈਮ ਬਹੁਤ ਵੇਸਟ ਹੁੰਦਾ, ਮੋਬਾਈਲ 'ਤੇ ਬੰਦੇ ਲੱਗੇ ਰਹਿੰਦੇ ਆ, ਰਿਸ਼ਤਿਆਂ ਨਾਤਿਆਂ ਦਾ ਕੁਛ ਨਹੀਂ ਪਤਾ, ਖਾਣ ਪੀਣ ਦਾ ਕੁਛ ਨਹੀਂ ਪਤਾ। ਦੂਜਿਆਂ ਦਾ ਨੁਕਸਾਨ ਕਿਵੇਂ? ਦੂਜਿਆਂ ਦਾ ਨੁਕਸਾਨ ਇਸ ਤਰ੍ਹਾਂ ਵੀ, ਇੱਕ ਹਸਪਤਾਲ ਦੇ ਵਿੱਚ ਸਵੇਰੇ 8 ਵਜੇ 11 ਨੰਬਰ ਬੈੱਡ 'ਤੇ ਡੈੱਥ ਹੁੰਦੀ ਸੀ, ਪੂਰੇ 8 ਵਜੇ 11 ਨੰਬਰ ਬੈੱਡ 'ਤੇ ਡੈੱਥ ਹੋ ਜਾਣੀ। ਹਸਪਤਾਲਾਂ ਨੂੰ ਬੜਾ ਫਿਕਰ ਪਿਆ ਵੀ ਕਰੀਏ ਕੀ, ਡੈੱਥ ਹੁੰਦੀ ਕਿੱਦਾਂ? ਸਿਆਣੇ ਸੂਣੇ ਨੂੰ ਪੁੱਛਿਆ ਵੀ ਕੋਈ ਉੱਪਰੀ ਕਸਰ ਆਊਗੀ, 8 ਵਜੇ ਪੂਰੇ ਆਉਂਦੀ ਆ, ਉਹ ਆ ਕੇ 11 ਨੰਬਰ ਬੈੱਡ ਵਾਲੇ ਨੂੰ ਬੰਦੇ ਲੈ ਦੇ, ਚੱਕ ਕੇ ਜਮਦੂਤ ਚੱਕ ਕੇ ਲੈ ਦੇ, ਹੋਇਆ ਕੀ ਹੈ? ਫਿਰ ਕਿਸੇ 3 ਕੁ ਦਿਨ ਹੋਏ ਸੀ ਹਜੇ, ਅਤੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਵੀ ਤੁਸੀਂ ਐਵੇਂ ਚੱਕਰਾਂ 'ਚੋਂ ਪੈਂਦੇ ਹੋ, 11 ਨੰਬਰ ਬੈੱਡ 'ਤੇ CCTV ਕੈਮਰਾ ਲਵਾ ਦਿਉ। ਲਓ ਜੀ CCTV ਕੈਮਰਾ ਲਵਾਇਆ, ਤਾਂ ਅਗਲੇ ਦਿਨ ਅਸਲੀਅਤ ਸਾਹਮਣੇ ਆ ਗਈ ਪੂਰੇ 8 ਵਜੇ। ਹੋਇਆ ਕੀ, ਨਵਾਂ ਜਮਾਦਾਰ ਉਹਨਾਂ ਨੇ ਰੱਖਿਆ ਸੀ ਕਿਤੇ ਸਫਾਈ ਸਫੂਈ ਕਰਨ ਵਾਲਾ, 3 ਦਿਨ ਹੋਏ ਸੀ ਉਹਨੂੰ ਜੁਆਇਨ ਕੀਤੇ ਨੂੰ ਹਜੇ। ਉਹ ਪਤੰਦਰ ਕੀ ਕਰਦਾ ਸੀ, 8 ਵਜੇ ਆਪਦੀ ਡਿਊਟੀ 'ਤੇ ਸਫਾਈ ਕਰਨ ਆਉਂਦਾ ਸੀ, ਜਦੋਂ ਤਾਂ 11 ਨੰਬਰ ਬੈੱਡ ਦਾ ਪਲੱਗ ਲਾ ਕੇ ਵਿੱਚੋਂ ਕੱਢ ਕੇ ਅਤੇ ਉੱਥੇ ਆਪਣਾ ਚਾਰਜਰ ਲਾ ਕੇ ਅਤੇ ਉਸ ਬੈੱਡ ਦੇ ਉੱਪਰ ਆਪਣਾ ਫੋਨ ਰੱਖ ਜਾਂਦਾ ਸੀ, ਅਤੇ ਘੰਟਾ ਕੁ ਸਫਾਈ ਕਰਕੇ ਅਤੇ 9 ਕੁ ਵਜੇ ਉਹ ਫਿਰ ਚਾਰਜਰ ਆਪਦਾ ਕੱਢ ਕੇ ਲੈ ਜਾਂਦਾ ਸੀ, ਅਤੇ ਉਹ ਜਿਹੜੀ ਪਾਈਪ ਜੀ ਸੀਗੀ, ਜਿਹੜੀ ਆ ਪਲੱਗ ਸੀਗਾ ਲੱਗਿਆ ਹੁੰਦਾ, ਅਤੇ ਉਹ ਵਿੱਚ ਲਾ ਦਿੰਦਾ ਸੀਗਾ। ਫਿਰ ਪਤਾ ਲੱਗਿਆ ਜਿਹੜਾ ਉਹ ਪਲੱਗ ਕੱਢਦਾ ਸੀ ਉਹ ਆਕਸੀਜਨ ਵਾਲੀ ਮਸ਼ੀਨ ਦਾ ਸੀ, 11 ਨੰਬਰ ਬੈੱਡ 'ਤੇ ਆਕਸੀਜਨ ਮਸ਼ੀਨ ਲੱਗੀ ਹੁੰਦੀ ਸੀ, ਮਰੀਜ਼ ਨੂੰ ਉਹ ਪਲੱਗ ਕੱਢਦਾ ਸੀ, ਆਕਸੀਜਨ ਬੰਦ ਹੋਈ, ਮਰੀਜ਼ ਮਰ ਜਾਂਦਾ ਸੀ। ਸੋ ਐਂ ਵੀ ਮੋਬਾਈਲ ਜਿਹੜਾ
ਚਾਰਜ ਕਰਨਾ ਬਹੁਤ ਜ਼ਰੂਰੀ। ਅੱਜ ਕੱਲ੍ਹ ਸਮਝਦੇ ਅਸੀਂ ਮੋਬਾਈਲ ਚਾਰਜ ਨਾ ਹੋਵੇ ਤਾਂ ਬਹੁਤ ਸਾਰੇ ਕੰਮ ਰੁਕ ਵੀ ਜਾਂਦੇ, ਐਸੀ ਗੱਲ ਨਹੀਂ। ਸੋ ਮੋਬਾਈਲ ਜਿਹੜਾ ਸਿਰਫ ਆਪਣਾ ਹੀ ਨਹੀਂ ਦੂਜਿਆਂ ਦਾ ਵੀ ਨੁਕਸਾਨ ਕਰ ਸਕਦਾ ਹੈ। ਬਿਲਕੁਲ ਜੀ। ਲਓ ਜੀ, ਇਹ ਕਹਿੰਦੇ ਵੀ ਪਤਨੀ ਨੂੰ, ਇਹ ਬੂਟਾ ਸਿੰਘ ਖੱਖ ਟਰਲਕ ਤੋਂ, ਇਹਨਾਂ ਨੇ ਸਵਾਲ ਇਹ ਪੁੱਛਿਆ ਕਿ ਪਤਨੀ ਨੂੰ ਖੁਸ਼ ਰੱਖਣ ਲਈ ਕੀ ਕਰਨਾ ਚਾਹੀਦਾ। ਉਹ ਤਾਂ ਉਹ ਗੱਲ ਹੋ ਗਈ ਵੀ ਜਿਵੇਂ ਉਹ ਕਿਸੇ ਬਾਬੇ ਕੋਲ ਗਏ ਵੀ ਮੁੰਡਾ ਸਾਡਾ ਗੁੜ ਖਾਂਦਾ, ਇਹਨੂੰ ਹਟਾਓ, ਤਾਂ ਕਹਿੰਦਾ ਅਗਲੇ ਹਫ਼ਤੇ ਆਇਓ। ਅਤੇ ਉਹ ਅਗਲੇ ਹਫ਼ਤੇ ਗਏ ਅਤੇ ਉਹ ਕਹਿੰਦਾ ਕਾਕਾ ਗੁੜ ਦਾ ਖਾਇਆ ਕਰ। ਅਤੇ ਉਹ ਮੁੰਡੇ ਦੀ ਮਾਂ ਕਹਿੰਦੀ ਬੱਚੇ ਦੀ, ਬਾਬਾ ਆਹ ਗੱਲ ਪਿਛਲੇ ਹਫ਼ਤੇ, ਕਹਿੰਦਾ ਮੈਨੂੰ ਤਾਂ ਐਡੀ ਦੂਰੋਂ 15 ਰੁਪਏ ਕਿਰਾਇਆ ਲਾ ਕੇ ਫਿਰ ਮੈਨੂੰ ਆਉਣਾ ਪਿਆ ਇੱਥੇ, ਅਤੇ ਪਿਛਲੇ ਹਫ਼ਤੇ ਕਹਿੰਦਾ। ਉਹ ਕਹਿੰਦਾ ਵੀ ਪਿਛਲੇ ਹਫ਼ਤੇ ਮੈਂ ਆਪ ਗੁੜ ਖਾਂਦਾ ਸੀ, ਇਸ ਕਰਕੇ ਮੈਂ ਇਹਨੂੰ ਕਿਵੇਂ ਕਹਿੰਦਾ, ਹੁਣ ਪਹਿਲਾਂ ਗੁੜ ਛੱਡਿਆ ਅਤੇ ਫਿਰ ਮੈਂ ਇਹਨੂੰ ਕਿਹਾ, ਤਾਂ ਸੋ ਭਾਈ ਹਜੇ ਅਗਲੇ ਹਫ਼ਤੇ ਆਇਓ। ਇਹ ਵੈਸੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਪਤੀ ਪਤਨੀ ਬਾਰੇ, ਗੱਲਾਂ ਬਾਤਾਂ ਅਕਸਰ ਕਰਦੇ ਰਹੀਦਾ। ਔਰ ਸਭ ਤੋਂ ਅਤੇ ਜਿਹੜੀ ਗੱਲ ਵੱਡੀ ਹੈਗੀ ਉਹ ਹੈਗੀ ਹੈ ਪਤਨੀ ਨੂੰ ਖੁਸ਼ ਰੱਖਣ ਵਾਸਤੇ ਸਮਝੌਤਾ। ਸਮਝੌਤਾ ਕਰੋ, ਕਦੇ ਖੁਸ਼ ਨਾ ਰਹੋ। ਜਰਮਨ ਦੇ ਰਿਸਰਚਰ ਨੇ ਰਿਸਰਚ ਕੀਤੀ, ਜਰਮਨ ਦੇ ਸਾਇੰਸਦਾਨ ਨੇ ਰਿਸਰਚ ਕੀਤੀ ਹੈ, ਜਿਹੜੇ ਪਤੀ ਜ਼ਿਆਦਾ ਖੁਸ਼ ਰਹਿੰਦੇ ਨੇ ਉਹਨਾਂ ਦੀਆਂ ਪਤਨੀਆਂ ਜ਼ਿਆਦਾ ਝਗੜਾਲੂ ਹੁੰਦੀਆਂ। ਅੰਦਰੋਂ ਤੁਸੀਂ ਜਿੰਨੇ ਮਰਜ਼ੀ ਖੁਸ਼ ਹੋ ਅਤੇ ਪਤਨੀ ਨੂੰ ਇਹ ਲੱਗੇ ਵੀ ਇਹ ਪੂਰਾ ਦੁਖੀ ਹੈ ਵਿਚਾਰਾ, ਫਿਰ ਤਰਸ ਦੇ ਆਧਾਰ 'ਤੇ ਉਹ ਖੁਸ਼ ਹੋ ਜਾਂਦੀ ਹੈ। ਸੋ ਪਤਨੀ ਨੂੰ ਖੁਸ਼ ਕਰਨਾ ਅਤੇ ਆਪ ਦੁਖੀ ਰਹਿਣਾ ਸਿੱਖੋ, ਚਾਹੇ ਉਪਰੋਂ ਉਪਰੋਂ ਦੁਖੀ ਰਹੋ, ਦੁਖੀ ਰਹਿਣਾ ਸਿੱਖੋ। ਚਲੋ ਜੀ, ਅਗਲਾ ਜੋਬਨਜੀਤ ਕੌਰ। ਜੋਬਨਜੀਤ ਕੌਰ ਇਹਨਾਂ ਨੇ ਸ਼ਹਿਰ ਲਿਖਿਆ, ਮੇਰੇ ਖਿਆਲ ਇਹ ਕਨੇਡਾ ਤੋਂ ਹੀ ਹੈ, ਇਹਨਾਂ ਦਾ ਪਹਿਲਾਂ ਵੀ ਕਈ ਵਾਰ ਮੈਸੇਜ ਆਉਂਦਾ ਹੁੰਦਾ। ਇਹਨਾਂ ਨੇ ਕਿਹਾ ਵੀ ਜੱਗੀ ਅੰਕਲ ਜੀ, ਮੈਂ ਸੁਣਿਆ ਹੈ ਕਿ ਲੋਕ ਟੂਣਾ ਕਰਦੇ ਹੁੰਦੇ ਸੀ, ਇਹ ਟੂਣਾ ਕੀ ਹੁੰਦਾ? ਸਵਾਲ ਬੱਚੇ ਦਾ ਬਹੁਤ ਵਧੀਆ, ਘਰ ਦੇ ਵਿੱਚ ਕਿਤੇ ਗੱਲਾਂ ਕਰਦੇ ਹੋਣਗੇ ਵੀ ਟੂਣਾ ਹੁੰਦਾ, ਅਤੇ ਇਹਦਾ ਇਹਨਾਂ ਨੇ ਪੁੱਛਿਆ ਵੀ ਇਹਦਾ ਇਹ ਹੁੰਦਾ ਕੀ ਹੈ ਅਤੇ ਮਤਲਬ ਕਿਵੇਂ ਲੋਕ ਡਰਦੇ ਕਿਉਂ ਇਹ ਤੋਂ। ਇਹ ਬਣਿਆ ਹੋਇਆ ਟੂਣਾ ਇਹ ਹੁੰਦਾ ਜੀ, ਪਤਾ ਹੋਏਗਾ ਸਾਡੇ ਦਰਸ਼ਕਾਂ ਨੂੰ। ਪਿੰਡਾਂ ਦੇ ਵਿੱਚ ਚੁਰਸਤੇ ਦੇ ਵਿੱਚ ਕਰਕੇ ਜਾਂਦੇ ਹੁੰਦੇ ਸੀ, ਨਾਰੀਅਲ ਰੱਖਦਾ ਕਿਸੇ, ਰੱਖਦਾ ਕੁਛ, ਰੱਖਦਾ ਕਿ ਕੁਛ ਰੱਖਦਾ, ਅਤੇ ਉਹ ਫਿਰ ਜਿਹੜਾ ਕਹਿੰਦੇ ਵੀ ਟੱਪ ਜਾਂਦਾ ਅਤੇ ਉਹਦੇ ਗ੍ਰਹਿ ਜਿਹੜੇ ਉੱਤੇ ਆ ਜਾਂਦੇ, ਇਹੋ ਜਿਹੀ ਧਾਰਨਾ ਹੈਗੀ। ਪਰ ਇਹੋ ਜਿਹੀ ਕੋਈ ਗੱਲ ਨਹੀਂ, ਜਦੋਂ ਤੋਂ ਲੋਕ ਹੁਣ ਪੜ੍ਹ ਲਿਖ ਗਏ ਤਾਂ ਲੋਕ ਟੂਣਾ ਕਰਨੋਂ ਵੀ ਹਟ ਗਏ ਆ ਅਤੇ ਟੂਣੇ ਨੂੰ ਮੰਨਣੋਂ ਵੀ ਹਟ ਗਏ ਆ। ਉਹ ਇੱਕ ਗੁਆਂਢਣਾਂ ਦੌਰ ਲੜ ਰਹੀਆਂ ਸੀ ਕਿਤੇ ਪੰਜਾਬ ਦੇ ਵਿੱਚ, ਅਤੇ ਉਹ ਲੜ ਰਹੀਆਂ ਇੱਕ ਦੂਜੇ ਨੂੰ, ਬੜੇ ਥਾਂ ਥਾਂ ਹੋ ਰਹੀਆਂ, ਤਾਂ ਬੰਦਾ ਕੋਈ ਕਾਮਰੇਡ ਜਾ ਰਿਹਾ ਸੀ ਸਕੂਟਰ 'ਤੇ, ਉਹਨੇ ਸਕੂਟਰ ਰੋਕ ਲਿਆ, ਕਹਿੰਦਾ ਵੀ ਭਾਈ ਬੀਬੀ ਗੱਲ ਕੋਈ ਬੀਬੀ ਕਿਉਂ ਲੜੀ ਜਾਣੀ ਉੱਥੇ ਪਿੰਡ ਦੀਆਂ ਸੀਗੀਆਂ। ਲੈ ਕਹਿੰਦੀ ਇੱਕ ਵਾਰੀ ਗਾਲਾਂ ਗੂਲਾਂ ਕੱਢ ਕੇ ਵਾਹਵਾ ਸਾਰੀਆਂ ਵੀ ਇਹ ਨਪੋਤਿਆਂ ਦੀ ਫਲਾਨੀ ਧਮਕੜੀ ਮੇਰੇ ਘਰ ਅੱਗੇ ਟੂਣਾ ਕਰਦੀ ਹੈ, ਪਰਸ ਪਹਿਲਾਂ ਵੀ ਕੀਤਾ ਸੀ ਇਹਨੇ, ਇਹ ਮੇਰਾ ਬੁਰਾ ਚਾਹੁੰਦੀ ਆ, ਮੇਰਾ ਐਂ ਚਾਹੁੰਦੀ ਜਾਊਗਾ। ਉਹ ਕਹਿੰਦਾ ਵੀ ਭਾਈ ਬੀਬੀ ਟੂਣਾ ਕੀਤਾ ਕੀ ਹੈ ਤੇਰੇ ਘਰ ਅੱਗੇ? ਉਹ ਕਹਿੰਦੀ ਆਹ ਦੇਖ ਤਾਂ, ਨਾਲੇ ਤਾਂ ਦਾਲ ਹੈਗੀ ਆ, ਨਾਲੇ ਇੱਕ ਆਹ ਜਿਹੜਾ ਮੁਰਗਾ ਫਿਰਦਾ ਉਹ ਵੀ ਮੈਨੂੰ ਲੱਗਦਾ ਹੁਣ ਇਹਨੇ ਛੱਡਿਆ ਹੋਇਆ, ਆਹ ਇੱਕ ਦਾਰੂ ਦੀ ਬੋਤਲ ਹੈਗੀ ਹੈ, ਇਹ ਸਾਰਾ ਟੂਣਾ ਕਰਕੇ ਅਤੇ ਇਹ ਸਾਰਾ ਮੇਰਾ ਮਾੜਾ ਚਾਹੁੰਦੀ ਹੈ। ਉਹ ਕਾਮਰੇਡ ਬੰਦਾ ਸੀਗਾ, ਉਹ ਟੂਣਿਆਂ ਨੂੰ ਨਹੀਂ ਮੰਨਦਾ ਸੀ, ਉਹਨੇ ਬੋਤਲ ਵੀ ਚੱਕੀ, ਸਾਰਾ ਕੁਛ ਚੱਕੀ। ਕਹਿੰਦੀ ਭਾਈ ਬੀਬਾ ਇਹ ਮਾੜਾ ਥੋੜ੍ਹੀ ਹੋਇਆ ਟੂਣਾ, ਜਿਹੜੇ ਬੰਦਾ ਤੈਨੂੰ ਫ੍ਰੀ ਦੀਆਂ ਇੰਨੀਆਂ ਚੀਜ਼ਾਂ ਦੇ ਰਿਹਾ, ਉਹ ਮਾੜਾ ਥੋੜ੍ਹੀ ਹੋਇਆ, ਉਹ ਤਾਂ ਚੰਗਾ ਹੋਇਆ। ਅੱਜ ਦੇ ਇੰਨੇ ਮਹਿੰਗੇ ਜ਼ਮਾਨੇ ਦੇ ਵਿੱਚ ਇੰਨੀਆਂ ਚੀਜ਼ਾਂ ਆਉਂਦੀਆਂ, ਪਤਾ ਕਿੰਨਾ ਦੀਆਂ, 300-400 ਘੱਟ ਨਹੀਂ ਆਉਂਦੀਆਂ, ਆਮ ਬੰਦਾ ਲੈ ਨਹੀਂ ਸਕਦਾ। ਉਹਨੇ ਸਾਰਾ ਕੁਛ ਚੱਕਿਆ, ਚੱਕ ਕੇ ਝੋਲੇ 'ਚ ਪਾ ਕੇ ਸਕੂਟਰ ਦੇ ਮੂਹਰੇ ਰੱਖ ਲਿਆ ਟੋਕਰੀ ਦੇ ਵਿੱਚ, ਅਤੇ ਕਹਿੰਦਾ ਵੀ ਭਾਈ ਬੀਬਾ ਜੇ ਕਿਸੇ ਨੇ ਫਿਰ ਟੂਣਾ ਕਰਨਾ ਹੋਵੇ ਨਾ, ਅਤੇ ਆਹ ਮੇਰੇ ਘਰ ਦਾ ਐਡਰੈਸ ਹੈ, ਫਲਾਨੇ ਗਲੀ ਦੇ ਵਿੱਚ ਮੈਂ ਰਹਿੰਦਾ, ਅਤੇ ਉੱਥੇ ਜਦੋਂ ਮਰਜ਼ੀ ਆ ਕੇ ਟੂਣਾ ਕਰ ਦਿਆ ਕਰੋ, ਕੋਈ ਚੱਕਰ ਨਹੀਂ, ਪਰ ਮੈਨੂੰ ਮਾੜਾ ਪਹਿਲਾਂ ਦੱਸ ਦਿਆ ਕਰੋ। ਐਵੇਂ ਕਈ ਵਾਰੀ ਕੁੱਤਾ ਬਿੱਲਾ ਮੂੰਹ ਮਾਰ ਜਾਂਦਾ ਸਮਾਨ ਨੂੰ, ਮੈਂ ਟਾਈਮ ਸਿਰ ਚੱਕ ਲਿਆ ਕਰਾਂ। ਨਾਲੇ ਹਾਂ, ਇੱਕ ਹੋਰ ਛੋਟੀ ਜਿਹੀ ਬੇਨਤੀ ਹੈ ਟੂਣਾ ਕਰਨ ਵਾਲਿਆਂ ਨੂੰ, ਵੀ ਸ਼ਰਾਬ ਦੀ ਬੋਤਲ ਨਾ, ਚਾਹੇ ਬੋਤਲ ਨਾ ਰੱਖਿਆ ਕਰੋ, ਰੱਖ ਚਾਹੇ ਪਊਆ ਹੀ ਦਿਆ ਕਰੋ, ਪਰ ਰੱਖਿਆ ਥੋੜ੍ਹੀ ਮਹਿੰਗੀ ਕਰਿਆ ਕਰੋ। ਮੈਂ ਮਾੜੀ ਸ਼ਰਾਬ ਪੀਂਦਾ ਨਹੀਂ, ਕਦੇ ਕਦੇ ਉਹ ਲਾ ਲੈਂਦਾ। ਲੈ ਜੇ ਸ਼ੁਕਰ ਮੇਰਾ ਦੀ ਗੱਲਾਂ ਹੁੰਦੀਆਂ, ਸਮਝਾਉਣ ਦੀ ਗੱਲ ਹੈ ਇਹੋ ਜਿਹੀ, ਬਹੁਤ ਕਰਨ ਦੀ ਕੋਸ਼ਿਸ਼ ਕੀਤੀ, ਟੂਣੇ ਟਾਣੇ ਕੁਛ ਨਹੀਂ ਹੁੰਦੇ। ਸੋ ਸਾਰੇ ਇਹ ਇੱਕ ਮਨ ਦਾ ਵਹਿਮ ਜਾਂ ਡਰਾਉਣ ਵਾਸਤੇ ਇਹ ਚੀਜ਼ਾਂ ਬਣਾਈਆਂ ਗਈਆਂ ਸੀ। ਕਿਸੇ ਬਾਬੇ ਕੋਲ ਗਏ ਹਾਂ, ਉਹਨੇ ਦਿੱਤੀਆਂ ਆਹ ਚੀਜ਼ਾਂ, ਗੁਆਂਢਣ ਕੋਲ ਰੱਖ ਲਈ ਤਾਂ ਤੂੰ ਖੁਸ਼ ਹੋ ਜਾਏਂਗੀ, ਗੁਆਂਢਣ ਦੁਖੀ ਹੋ ਜੂਗੀ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਚਲੋ ਖੈਰ, ਟੂਣੇ ਟਮਾਣੇ ਦੀਆਂ ਗੱਲਾਂ ਬਹੁਤ ਹੋ ਗਈਆਂ, ਹੁਣ ਬ੍ਰੇਕ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਸੀਰੀਅਸ ਵਿਸ਼ਾ ਇੱਕ ਵਾਰੀ ਫਿਰ ਹੋਏਗਾ। ਜਿਹੜੇ 160 ਬੰਦੇ ਗਏ ਨੇ ਉਹ ਸਾਡੇ ਤੁਹਾਡੇ ਵਿੱਚੋਂ ਨੇ, ਸਾਡੇ ਤੁਹਾਡੇ ਭਰਾ ਹੀ ਨੇ, ਉਹਨਾਂ ਬਾਰੇ ਅਸੀਂ ਅਕਸਰ ਜਾਂਦੇ ਹੀ ਉਹ ਏਜੰਟਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ, ਏਜੰਟ ਨੇ ਸਾਡੇ ਨਾਲ ਧੋਖਾ ਕੀਤਾ, ਆਹ ਕੀਤਾ, ਉਹ ਕੀਤਾ, ਅਤੇ ਕੀ ਉਹਦੇ 'ਚ ਸਿਰਫ ਏਜੰਟਾਂ ਦਾ ਹੀ ਕਸੂਰ ਹੈ? ਸੋ ਇਹ ਮੇਰਾ ਵਿਸ਼ਾ ਅੱਜ ਹੋਏਗਾ, ਕੀ ਵਿਚਾਰ ਨੇ ਤੁਹਾਡੇ, ਬ੍ਰੇਕ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ।
ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਵੈਸੇ ਜੇ ਇਹ ਗੱਲ ਅਸੀਂ ਪੰਜਾਬ 'ਚ ਕਿਸੇ ਨੂੰ ਕਹਿੰਦੇ ਹਾਂ ਵੀ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਕੁਛ ਨਹੀਂ ਹੈਗਾ, ਇੱਧਰ ਕੰਮ ਕਰ ਲਓ, ਤਾਂ ਮੇਰੇ ਖਿਆਲ ਕੋਈ ਵੀ 1% ਬੰਦਾ ਵੀ ਨਹੀਂ ਮੰਨੇਗਾ ਵੀ ਆਪ ਟੋਰ ਨਾ ਉੱਥੇ ਬੈਠੇ ਆ, ਸਾਨੂੰ ਕਹਿੰਦੇ ਇੱਧਰ ਕੰਮ ਕਰ ਲਿਆ। ਚਲੋ ਅਸੀਂ ਵੀ ਜੇ ਇੱਧਰ ਆਏ ਹਾਂ, ਅਸੀਂ ਵੀ ਆਏ ਹਾਂ, ਔਰ ਚਲੋ ਮੈਂ ਥੋੜ੍ਹਾ ਜਿਹਾ ਸੌਖਾ ਆ ਗਿਆ, ਬਾਕੀ ਕਿਹੜੇ ਕਿੰਨੇ ਔਖੇ ਆਏ ਨੇ ਲੋਕ, ਬਹੁਤ ਜ਼ਿਆਦਾ ਔਖੇ ਆਏ ਨੇ। ਅਤੇ ਅਸੀਂ ਵੀ ਇੱਧਰ ਆਏ ਹਾਂ, ਅਸੀਂ ਸਭ ਦੇ ਦਿਲ ਦੇ ਵਿੱਚ ਹੈਗਾ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਈਏ, ਬਾਹਰਲੇ ਮੁਲਕਾਂ ਦੇ ਵਿੱਚ ਸਿਸਟਮ ਹੈ, ਪੈਸਾ ਖਾਸ ਤੌਰ 'ਤੇ ਜਿਹੜੇ ਇੰਨੇ ਰਿਸਕ ਲੈਂਦੇ ਆ ਤਾਂ ਉਹ ਲੈਂਦੇ ਹੈਗੇ ਆ ਕਿ ਪੈਸੇ ਕਰਕੇ ਹੈਗਾ, ਚੱਕਾਚੌਂਦ ਹੈਗੀ ਆ। ਔਰ ਇੱਧਰ ਜਿਹੜੇ ਬਾਹਰਲੇ ਮੁਲਕ ਸਾਨੂੰ ਲੋਕ ਮਿਲਦੇ ਨੇ, ਉਹਨਾਂ ਦੀ ਜ਼ਮੀਨ ਜਾਇਦਾਦ ਪੰਜਾਬ ਦੇ ਵਿੱਚ ਵੀ ਚੰਗੀ ਆ। ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਹਰਭਜਨ ਮਾਨ, ਉਹਨਾਂ ਦਾ ਰਿਸ਼ਤੇਦਾਰ ਸੀ, ਉਹ ਨਾਲ ਹੀ ਰਹਿੰਦਾ ਸੀ ਪ੍ਰੋਗਰਾਮਾਂ 'ਤੇ, ਬੜੀ ਉਹਨੇ ਐਸ਼ ਕੀਤੀ, 5-7 star ਹੋਟਲਾਂ 'ਚ ਰਹਿਣਾ। ਬਾਹਰ ਵੀ 2-3 ਗੇੜੇ ਸਾਡੇ ਲਾ ਗਿਆ ਸੀਗਾ, ਪ੍ਰੋਗਰਾਮ ਕਰਨ ਵਾਸਤੇ ਆਏ ਹਾਂ ਅਤੇ ਬਾਹਰਲੇ ਮੁਲਕਾਂ 'ਚ ਵੀ ਉਹ ਗੇੜੇ ਲਾ ਗਿਆ ਸੀਗਾ, ਪਰ ਫਿਰ ਵੀ ਉਹ ਕਹਿੰਦਾ ਵੀ ਭਾਅ ਜੀ ਕਨੇਡਾ ਜਾਣਾ ਮੈਂ। ਚਲੋ ਸੀਗੇ ਰਿਸ਼ਤੇਦਾਰ ਸੀਗੇ ਜਾਂ ਵਿਆਹ ਵੂ ਦੇ ਸਿਲਸਿਲੇ 'ਚ, ਉਦੋਂ ਕਨੇਡਾ ਦੇ ਵਿੱਚ ਪੱਕਾ ਹੋ ਗਿਆ। ਅਤੇ ਅਸੀਂ ਜਦੋਂ ਸਾਲ ਕੁ ਬਾਅਦ ਪ੍ਰੋਗਰਾਮ ਕਰਨ ਆਏ ਅਤੇ ਕਹਿੰਦਾ ਬਾਈ ਘਰ ਡਿਨਰ 'ਤੇ ਆਇਓ, ਪਰ ਐਂ ਕਰੋ ਵੀ 6 ਵਜੇ ਪਹੁੰਚ ਜਾਇਓ, ਫਿਰ ਮੈਂ ਨਾ ਮੁੜ ਕੇ ਜੋਬ 'ਤੇ ਜਾਣਾ। ਚਲੋ ਅਸੀਂ ਕਰਦੇ ਕਰਾਉਂਦੇ ਲਗਭਗ 7:15 ਪਹੁੰਚੇ ਸਾਰੇ, ਹਰਭਜਨ ਮਾਨ ਹੋਣੀ ਸੀ, ਗੁਰਸੇਵਕ ਮਾਨ, ਭਗਵੰਤ ਮਾਨ, 7:15 ਜਦੋਂ ਪਹੁੰਚੇ ਅਤੇ ਜਾਂਦਿਆਂ ਨੂੰ ਬੈਗ ਹੱਥ 'ਚ ਫੜਿਆ ਅਤੇ ਰੋਈ ਜਾਵੇ ਕਿ ਹੋਇਆ ਕੀ ਹੈ। ਕਹਿੰਦਾ ਵੀ ਆ ਪਿਆ ਖਾਣਾ ਸਾਰਾ ਕੁਛ ਤਿਆਰ ਪਿਆ, ਜਿਹਨੇ ਜੋ ਖਾਣਾ ਪੀਣਾ ਖਾਓ ਪੀਓ, ਡੈਡੀ ਹੈਗੇ ਘਰ, ਬਾਕੀ ਕਰਦੇ ਘਰ ਆ, ਅਤੇ ਮੈਂ ਤਾਂ ਹੁਣ 10 ਮਿੰਟ ਹੈਗਾ, ਮੈਂ ਤਾਂ 7:30 ਕੰਮ 'ਤੇ ਨਿਕਲਣਾ। ਰੋਈ ਜਾਵੇ, ਕਹਿੰਦਾ ਵੀ ਇੰਨੀ ਐਸ਼ ਕੀਤੀ ਪੰਜਾਬ ਦੇ ਵਿੱਚ, ਹੁਣ ਕਹਿੰਦਾ ਤੁਹਾਡਾ ਬਾਈ ਚੀਨਣ 'ਤੇ ਸਬਜ਼ੀ ਤੋੜਦਾ ਫਿਰਦਾ। ਸੋ ਇਹ ਚੀਜ਼ਾਂ ਉੱਧਰ ਜਦੋਂ ਹੁੰਦੀ, ਇੱਧਰ ਆ ਕੇ ਫਿਰ ਔਖੀਆਂ ਲੱਗਦੀਆਂ। ਉੱਧਰ ਇਕੱਲਾ ਮੁੰਡਾ ਘਰਦਿਆਂ ਦਾ ਉਹ, ਔਰ ਜ਼ਮੀਨ ਜਾਇਦਾਦ ਵੀ ਚੰਗੀ ਹੈਗੀ ਹੈ, ਫਿਰ ਵੀ ਅਸੀਂ ਇੱਧਰਲੇ ਮੁਲਕਾਂ ਦੇ ਵਿੱਚ ਆਉਂਦੇ ਹਾਂ। ਔਰ ਮੈਂ ਇੱਥੇ ਕਈ ਵਾਰੀ ਦੇਖਦੇ ਸੁਣਦੇ ਹੁੰਦੇ, ਪੜ੍ਹਦੇ ਹੁੰਦੇ ਹਾਂ, ਜਾਂ ਕਈ ਵਾਰੀ ਲੰਘਦੇ ਵੜਦੇ, ਰੇਡੀਓ ਜਦੋਂ ਗੱਡੀ 'ਚ ਲਾ ਲਈਦਾ ਤਾਂ ਉਹਦੇ 'ਚ ਰਿਸ਼ਤੇ ਦੀਆਂ ਗੱਲਾਂ ਬਾਤਾਂ ਆਉਂਦੀਆਂ, ਅਤੇ ਉਹਦੇ 'ਚ ਸਾਰੇ ਹੀ ਰਿਸ਼ਤੇ ਤਕਰੀਬਨ 80-90% ਰਿਸ਼ਤੇ ਜਿਹੜੇ ਇਹੀ ਹੁੰਦੇ ਨੇ ਕਿ ਮੁੰਡੇ ਨੂੰ ਗ੍ਰੀਨ ਕਾਰਡ ਹੋਲਡਰ ਜਾਂ ਫਿਰ ਸਿਟੀਜਨ ਲੜਕੇ ਦੀ ਕੁੜੀ ਦੀ ਲੋੜ ਹੈ, ਜਾਂ ਫਿਰ ਕੁੜੀ ਨੂੰ ਗ੍ਰੀਨ ਕਾਰਡ ਹੋਲਡਰ ਜਾਂ ਫਿਰ ਸਿਟੀਜਨ ਲੜਕੇ ਦੀ ਲੋੜ ਹੈ, ਇਹੋ ਜਿਹੇ ਸਾਰੇ। ਉੱਧਰ ਜਦੋਂ ਇੱਧਰ ਹੈਗਾ ਜਿਹੜਾ ਬੰਦਾ ਹੈਗਾ, ਉੱਧਰਲਿਆਂ ਨੂੰ ਕੋਈ ਨਹੀਂ ਪਤਾ ਵੀ ਇੱਧਰ ਕੀ ਹੈ ਕੀ ਨਹੀਂ ਹੈ, ਕਿੰਨਾ ਕੁ ਸੌਖਾ ਕਿੰਨਾ ਕੁ ਔਖਾ, ਅਤੇ ਉਹਨਾਂ ਨੇ ਇਹੀ ਕਹਿਣਾ ਵੀ ਹੁਣ ਭਾਈ ਮੁੰਡੇ ਨੇ 10ਵੀਂ ਕਰ ਲਈ, ਹੁਣ ਸੋਚੋ ਕੁਛ ਇਹਦਾ, ਜਾਂ ਕਹਿਣਾ ਵੀ ਹੁਣ ਆਪਣੀ ਕੁੜੀ ਬਈ ਵੀ ਆਉਣ ਯੋਗੀ ਹੋ ਗਈ ਹੈ, ਅਤੇ ਇੱਧਰ ਕੋਈ ਮੁੰਡਾ ਮੁੰਡਾ ਦੇਖੋ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਕਈ ਵਾਰੀ ਲੱਗਦਾ ਕਿ ਕਹਿੰਦੇ ਵੀ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਲੱਗੀ ਜੇ ਤੇਰੇ ਕਲੇਜੇ ਛੁਰੀ ਨਹੀਂ ਹੈ, ਅਤੇ ਇਹਦਾ ਮਤਲਬ ਇਹ ਨਹੀਂ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਮਤਲਬ ਜਦੋਂ ਸਾਡੇ ਨਾਲ ਇਹੋ ਜਿਹੀ ਚੀਜ਼ ਕੋਈ ਵਾਪਰਦੀ ਤਾਂ ਉਦੋਂ ਹੀ ਸਾਨੂੰ ਲੱਗਦਾ ਵੀ ਯਾਰ ਨਹੀਂ ਇਹ ਗੱਲ ਕਰਨੀ ਚਾਹੀਦੀ, ਗੱਲ ਕਰਨੀ ਬਣਦੀ ਆ। ਹੁਣ ਹਾਲਾਂਕਿ ਮੇਰੇ ਨਾਲ ਹਾਲੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਵਾਪਰੀ, ਨਾ ਕਿਸੇ ਰਿਸ਼ਤੇਦਾਰ ਨਾਲ ਇਹੋ ਜਿਹਾ ਹੋਇਆ, ਨਾ ਕੋਈ ਰਿਸ਼ਤੇਦਾਰ ਕੋਈ ਇੰਨੇ ਪੈਸੇ ਹੀ ਸੀਗੇ ਵੀ ਗਾਂਹ ਜਾ ਕੇ 25-25 ਲੱਖ ਏਜੰਟਾਂ ਨੂੰ ਦੇ ਕੇ ਅਤੇ ਇੱਧਰਲੇ ਮੁਲਕਾਂ ਦੇ ਵਿੱਚ ਆ ਜਾਏ। ਪੜ੍ਹਾਈ ਲਿਖਾਈ ਦੇ ਸਿਲਸਿਲੇ ਵਿੱਚ ਜ਼ਰੂਰ 2-3 ਜਵਾਕ ਆਏ ਨੇ, ਪਰ ਜੇ ਗੱਲ ਕਰੀਏ ਵੀ ਮੇਰੇ ਨਾਲ ਇਹ ਵਾਪਰੀ ਨਹੀਂ, ਪਰ ਜਿਹੜੀ ਪੰਜਾਬ ਨਾਲ ਵਾਪਰੀ ਆ, ਪੰਜਾਬ ਦੇ ਨੌਜਵਾਨਾਂ ਨਾਲ ਵਾਪਰੀ ਆ, ਮੇਰੇ ਗਵਾਂਢੀ ਪਿੰਡ ਦੇ ਹੋ ਸਕਦੇ, ਕਿਤੇ ਹੋ ਸਕਦੇ ਆ, ਜਿਹੜੀ ਚੀਜ਼ ਉਹਨਾਂ ਨਾਲ ਵਾਪਰੀ ਹੈ ਉਹ ਮੈਨੂੰ ਇਉਂ ਲੱਗਦਾ ਵੀ ਉਹ ਤੁਹਾਡੇ ਨਾਲ ਡਿਸਕਸ ਕਰ ਲੈਣੀ ਚਾਹੀਦੀ ਹੈ। ਤੁਸੀਂ ਬਹੁਤ ਸਿਆਣੇ ਹੋ, ਔਰ ਸਭ ਤੋਂ ਵੱਡੀ ਗੱਲ, ਜਿਹੜੀ ਵੱਡਾ ਕਾਰਨ ਮੇਰੇ ਹਿਸਾਬ ਨਾਲ ਇਹ ਹੈ ਵੀ ਜਦੋਂ ਅਸੀਂ ਕਿਸੇ ਨੂੰ ਦੱਸਦੇ ਨਹੀਂ, ਚੋਰੀ ਛਿਪੇ ਏਜੰਟ ਨੂੰ ਫੜਾਏ ਆਉਂਦੇ ਹਾਂ, 5-7-10 ਲੱਖ ਰੁਪਈਆ ਐਡਵਾਂਸ ਵੀ ਭਾਈ ਦੱਸੀ ਨਾ ਕਿਸੇ ਨੂੰ, ਸਾਡੇ ਰਿਸ਼ਤੇਦਾਰਾਂ ਕੋਲ ਗੱਲ ਨਾ ਕਰਦੀ, ਸਾਡੇ ਪਿੰਡ ਵਿੱਚ ਗੱਲ ਨਾ ਕਰਦੀ ਕਿਤੇ ਵੀ ਸਾਡਾ ਮੁੰਡਾ ਬਾਹਰ ਚੱਲਿਆ, ਕੋਈ ਭਾਨੀ ਮਾਰ ਦੂ ਕੁਛ ਹੋ ਜੂ। ਸੋ ਇਹ ਕਾਰਨ ਇੱਕ ਸਭ ਤੋਂ ਵੱਡਾ ਮੈਨੂੰ ਲੱਗਦਾ ਹੈਗਾ ਜਿਹੜੇ ਅਸੀਂ ਬਾਹਰਲੇ ਮੁਲਕਾਂ ਨੂੰ ਭਾਈਦੇ ਹਾਂ। ਹੁਣ ਗੱਲ ਆ ਗਈ ਇੱਧਰਲੇ ਮੁਲਕਾਂ ਤੋਂ ਵਾਪਸ, ਜਿਹੜਾ ਹੁਣ ਰੁਝਾਨ ਇੱਕ ਚੱਲਿਆ ਪਿਛਲੇ ਕੁਝ ਸਮੇਂ ਤੋਂ, ਵੈਸੇ ਤਾਂ ਕਿਹਾ ਇਹ ਜਾਂਦਾ ਕਿ ਓਬਾਮਾ ਸਾਹਿਬ ਦੇ ਰਾਜ ਵੇਲੇ ਵੀ ਕਾਫੀ ਇਹ ਚੀਜ਼ ਹੋਇਆ, ਕਾਫੀ ਲੋਕ ਰਿਪੋਰਟ ਜਿਹੜੇ ਕੀਤੇ ਗਏ ਨੇ, ਪਰ ਉਹ ਇੰਨੇ ਹਾਈਲਾਈਟ ਨਹੀਂ ਹੋਏ ਜਿੰਨੇ ਅੱਜ ਕੱਲ੍ਹ ਹਾਈਲਾਈਟ ਹੋ ਰਹੇ ਨੇ। ਅੱਜ ਕੱਲ੍ਹ ਇੱਕ ਤਾਂ ਇਹ ਕਿਹਾ ਜਾਂਦਾ ਕਿ ਸਖਤੀ ਇਹਨਾਂ ਨੇ ਜ਼ਿਆਦਾ ਕੀਤੀ ਹੋਈ ਹੈ ਥੋੜ੍ਹੀ ਜਿਹੀ, ਅਤੇ ਦੂਜਾ ਇਹ ਕਿਹਾ ਜਾਂਦਾ ਕਿ ਟਰੰਪ ਸਾਹਿਬ ਦੀ ਕੋਸ਼ਿਸ਼ ਪੂਰੀ ਹੈ, ਜਿਸ
ਇਸ਼ੂ 'ਤੇ ਜਾਂ ਜਿਸ ਕਹਿ ਸਕਦੇ ਹਾਂ ਮੁੱਦੇ 'ਤੇ ਉਹ ਪਹਿਲਾਂ ਇਲੈਕਸ਼ਨ ਜਿੱਤੇ ਸੀਗੇ ਕਿ ਉਹਨਾਂ ਨੇ ਓਨਲੀ ਐਂਡ ਓਨਲੀ ਅਮੈਰੀਕਨਸ ਟਾਰਗੇਟ ਕੀਤੇ, ਅਮੈਰੀਕਨ ਦੀ ਕੈਲਕੂਲੇਸ਼ਨ ਕੀਤੀ ਕਿੰਨੇ ਅਮੈਰੀਕਨ ਹੈਗੇ ਨੇ। ਜਦੋਂ ਉਹਨਾਂ ਨੂੰ ਲੱਗਿਆ ਮੈਂ ਇਕੱਲੇ ਅਮੈਰੀਕਨਸ ਦੀ ਵੋਟ ਦੇ ਨਾਲ ਮੈਂ ਜਿੱਤ ਸਕਦਾ, ਮੈਨੂੰ ਹੋਰ ਵੋਟ ਨਹੀਂ ਹੈ, ਤਾਂ ਉਹਨਾਂ ਨੇ ਅਮੈਰੀਕਨਸ ਨੂੰ ਹੀ ਖੁਸ਼ ਕਰਨ ਵਾਸਤੇ ਜਿੰਨੇ ਕਾਨੂੰਨ ਬਣਾਏ, ਜਿੰਨਾ ਕੁਛ ਕੀਤਾ, ਉਹ ਅਮੈਰੀਕਨਸ ਨੂੰ ਖੁਸ਼ ਕਰਨ ਵਾਸਤੇ ਹੀ ਕੀਤਾ। ਉਹ ਹੀ ਸਿਸਟਮ ਜਿਹੜਾ ਮੋਦੀ ਨੇ ਪਹਿਲਾਂ ਵਰਤਿਆ ਜਾਂ ਬਾਅਦ 'ਚ ਵਰਤਿਆ, ਉਹੀ ਸਿਸਟਮ ਤਕਰੀਬਨ ਇੰਡੀਆ ਦੇ ਵਿੱਚ ਮੋਦੀ ਨੇ ਵਰਤਿਆ। ਚਲੋ ਖੈਰ, ਇਹ ਆਪਣੇ ਹੁਣ ਤਾਂ ਇੰਡੀਆ ਵਾਲੇ ਵੀ ਕਹਿਣ ਲੱਗ ਪਏ ਜਿਹੜੇ ਸਾਡੇ ਹੈਗੇ ਨੇ ਇਲੀਗਲ, ਉਹਨਾਂ ਨੂੰ ਬਾਹਰ ਕੱਢਿਆ ਜਾਊਗਾ। ਉਹਨੂੰ ਕਹਿੰਦੇ ਉੱਥੇ ਕੋਈ ਲੀਗਲ ਲੈ ਕੇ ਰਹਿ ਕੇ ਰਾਜੀ ਨਹੀਂ ਹੈਗਾ, ਉਹ ਤਾਂ ਮਜਬੂਰੀ ਨੂੰ ਜਿਹੜੇ ਬੰਦੇ ਰਹਿ ਰਹੇ ਉੱਥੇ ਤਾਂ ਕੋਈ ਲੀਗਲ ਰਹਿ ਕੇ ਰਾਜੀ ਨਹੀਂ, ਇਲੀਗਲ ਕਿਸੇ ਕੀ ਰਹਿਣਾ। ਸੋ ਉੱਥੇ ਵੀ ਇਹ ਕਾਨੂੰਨ ਜਿਹੜਾ ਉਹ ਪਾਸ ਕੀਤਾ ਜਾ ਰਿਹਾ ਸਰਕਾਰ ਵੱਲੋਂ। ਚਲੋ ਅਸੀਂ ਜਿਹੜੀ ਗੱਲ ਕਰਨ ਲੱਗੇ ਸੀ, ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ, ਕਾਲਾਂ ਜਿਹੜੀਆਂ ਮੈਂ ਬ੍ਰੇਕ ਤੋਂ ਬਾਅਦ ਹੀ ਲੈਣੀਆਂ ਸ਼ੁਰੂ ਕਰੂੰਗਾ। ਅਤੇ ਏਜੰਟਾਂ ਕੋਲੋਂ ਪੈਸਿਆਂ ਦੀ ਜੇ ਗੱਲ ਹੈ, ਹਰ ਇੱਕ ਦੇ ਕਿਸੇ ਨਾ ਕਿਸੇ ਤਰੀਕੇ ਫਸੇ ਹੋਣਗੇ। ਸਾਡੇ ਵੀ ਇੱਕ ਕਿਸੇ ਜਾਣ ਪਛਾਣ ਵਾਲੇ ਦੇ ਪੈਸੇ ਫਸੇ ਸੀਗੇ, ਉਹ ਮੇਰੇ ਕੋਲ ਫਿਰ ਆਏ ਵੀ ਸਾਡੇ ਪੈਸੇ ਜਿੱਦਾਂ ਹੈਗੇ ਆ ਕਢਾਉਣੇ ਆ, ਕਢਾਓ ਕਢਾਓ ਕਢਾਓ। ਪਰ ਉੱਥੇ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਆਈ ਸੀ, ਜਦੋਂ ਮੈਂ ਗਿਆ ਆਇਆ ਥਾਣੇ ਠੂਣੇ ਨਾਲ ਗਿਆ, ਥਾਣੇ ਰਿਪੋਰਟ ਲਿਖ ਲਈ, ਸਭ ਕੁਛ ਹੋ ਗਿਆ, FIR ਦਰਜ ਹੋ ਗਈ ਉਸ ਏਜੰਟ ਦੇ ਖਿਲਾਫ, ਤਿੰਨਾਂ ਚਾਰਾਂ ਨੇ ਹੋਰ ਕੀਤਾ ਲਿਖਾਈ ਜਦੋਂ ਰਿਪੋਰਟ ਦਿੱਤੀ, FIR ਦਰਜ ਹੋ ਗਈ। FIR ਦਾ ਮਤਲਬ ਉਸ ਤੋਂ ਬਾਅਦ ਉਹਨੂੰ ਅਰੈਸਟ ਕਰਨਾ ਬਣਦਾ, ਅਰੈਸਟ ਕਰਕੇ ਕੋਰਟ 'ਚ ਪੇਸ਼ ਕਰਨਾ ਬਣਦਾ। ਕੋਈ ਅਰੈਸਟ ਨਹੀਂ, ਕੋਈ ਉਹਦਾ ਸਿਰ ਪੈਰ ਨਹੀਂ, ਕੋਈ ਕੁਛ ਨਹੀਂ। ਜਦੋਂ ਮੈਂ ਜਾਣਾ ਤਾਂ ਨਹੀਂ ਜੀ, ਸੰਭਵ ਕੋਸ਼ਿਸ਼ ਜਾਰੀ ਹੈ, ਤਾਂ ਮੈਂ RTI ਉੱਥੇ ਜਿਹੜੇ ਬਣਿਆ ਰਾਈਟ ਟੂ ਇਨਫੋਰਮੇਸ਼ਨ, ਉਹਦੇ 'ਚ ਪਾ ਤੀ ਚਿੱਠੀ, ਉਹਦੇ 'ਚ ਜਵਾਬ ਮੈਨੂੰ ਆ ਗਿਆ। ਉਹਦੇ 'ਚ ਉਹ ਥਾਣੇਦਾਰ ਦਾ ਫਿਰ ਫੋਨ ਆਇਆ, ਕਹਿੰਦਾ ਵੀ ਤੂੰ RTI 'ਚ ਪਾਈ, ਕਹਿੰਦਾ ਜਵਾਬ ਮੈਂ ਹੀ ਦੇਣਾ, ਮੈਂ ਤੈਨੂੰ ਹੁਣ ਫੋਨ 'ਤੇ ਦੱਸ ਦੇਣਾ, ਬਾਅਦ 'ਚ ਤੂੰ ਆਪੇ ਪੜ੍ਹ ਲਈ, ਤੈਨੂੰ ਚਿੱਠੀ ਆ ਜਾਣੀ ਹੈ। ਵੀ ਹਰ ਸੰਭਵ ਕੋਸ਼ਿਸ਼ ਜਾਰੀ ਹੈ। ਅਤੇ ਮੈਂ ਕਿਹਾ ਕਾਰਨ ਦੱਸ ਗਈ ਹੈ, ਕਹਿੰਦਾ ਮੈਨੂੰ ਮਿਲਿਆ ਕੇ ਫਲਾਨੀ ਜਗ੍ਹਾ। ਉਹ ਬੰਦਾ ਚੰਗਾ ਸੀ, ਕਾਮਰੇਡ ਟਾਈਪ ਬੰਦਾ ਸੀ। ਪਹਿਲਾਂ ਉਹਨੇ ਮੇਰੇ ਫੋਨ ਸਾਰੇ ਬੰਦ ਕਰਾਤੇ, ਫੋਨ ਚੈੱਕ ਕਰਾ ਕੇ ਜਿਹੜੇ ਫੋਨ ਹੈਗੇ ਇੱਥੇ ਰੱਖ ਸਾਹਮਣੇ, ਕਿਤੇ ਰਿਕਾਰਡਿੰਗ ਕਰਕੇ ਮੈਨੂੰ ਬਾਅਦ 'ਚ ਫਸਾ ਦੇ, ਨੌਕਰੀ ਮੇਰੀ ਖਤਰੇ 'ਚ ਪਾਉਣੀ। ਉਹ ਕਹਿੰਦਾ ਵੀ ਤੇਰੇ ਏਜੰਟ ਨੂੰ ਜਿਹਦੀ ਤੂੰ ਬੰਦੇ ਦੀ ਫੇਵਰ ਕਰ ਰਿਹਾ, ਉਹਦਾ ਕੁਛ ਨਹੀਂ ਹੋਣਾ, ਐਂ ਖੱਜਲ ਹੋ। ਮੈਂ ਕਿਹਾ ਵੀ ਮਿੱਤਰਾ ਕਾਰਨ? ਕਹਿੰਦਾ ਕਾਰਨ ਇਹ ਆ ਵੀ SSP ਸਾਹਿਬ ਨੂੰ ਉੱਥੋਂ ਦਾ ਜਿਹੜਾ ਫਰੀਦਕੋਟ ਦੇ MLA ਹੈਗੇ ਨੇ, ਉਹ ਕਹਿ ਕੇ ਗਏ ਨੇ ਜੀ ਮੇਰਾ ਵਰਕਰ ਆ ਇਹ ਏਜੰਟ ਫਰੀਦਕੋਟ ਦੇ ਵਿੱਚ, ਅਤੇ ਇਹਨੂੰ ਕੁਛ ਕਿਉਂ ਨਾ। SSP ਸਾਹਿਬ ਕੋਲ ਵੀ ਜਦੋਂ ਜਾਣਾ ਅਤੇ ਉਹਨਾਂ ਨੇ ਵੀ ਚਾਹ ਪਾਣੀ ਪੁੱਛਣਾ ਅਤੇ ਉੱਦਾਂ ਕਰਨਾ, ਅਤੇ ਕੰਮ ਕੋਈ ਨਹੀਂ ਕਰਨਾ। ਉਹ ਮੈਨੂੰ ਕਹਿੰਦਾ ਕਿਸੇ ਲੀਡਰ ਕੋਲ ਸਿਫਾਰਿਸ਼ ਪਾ। ਮੈਂ ਹੁਣ ਲੀਡਰ ਕੋਲੋਂ ਕਿੱਥੋਂ ਸਿਫਾਰਿਸ਼ ਪਾਵਾਂ? ਮੈਂ ਕਿਹਾ ਮੈਂ ਅੱਜ ਲੀਡਰ ਕੋਲ ਸਿਫਾਰਿਸ਼ ਪਾਈ, ਕੱਲ੍ਹ ਨੂੰ ਮੈਨੂੰ 20 ਵਗਾਰਾਂ ਪਾਊਗੇ ਉਹ। ਚਲੋ ਮੈਂ ਉਹਨਾਂ ਨੂੰ ਕਹਿ ਕੁਹਾ ਕੇ ਉਹ ਸ਼ਾਹਕੋਟ ਸਾਡੇ ਏਰੀਏ ਦੇ ਸੀਗੇ, ਅਤੇ ਉਹਨਾਂ ਨੂੰ ਕੁਹਾੜ ਸਾਹਿਬ ਤੋਂ ਫੋਨ ਕਰਾਇਆ, ਅਤੇ ਕੁਹਾੜ ਸਾਹਿਬ ਕਹਿੰਦੇ ਵੀ ਉਹ ਕਰ ਕੰਮ, ਉਹ ਕਹਿੰਦੇ ਜੀ ਫਲਾਨੇ ਮੰਤਰੀ ਜਿਹੜੇ ਹੈਗੇ ਨੇ ਫਲਾਨੇ ਹਾਰੇ ਹੋਏ ਵਾ, ਚਲੋ ਦੱਸ ਹੀ ਦਿੰਦੇ ਹਾਂ। ਜਹਿਦਾਰ ਤੋਤਾ ਸਿੰਘ ਜੀ ਦੀ ਗੱਲ ਕਰਦੇ ਸੀ, ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਭਾਈ ਮੇਰਾ ਵਰਕਰ ਹੈ, ਤਾਂ ਉਹ ਕਹਿੰਦੇ ਵੀ ਉਹ ਹਾਰਿਆ ਹੋਇਆ MLA, ਮੈਂ ਜਿੱਤਿਆ ਹੋਇਆ, ਮੇਰੀ ਗੱਲ ਮੰਨ। ਫਿਰ ਵੀ SSP ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਸੀ, ਬਿਠਾ ਕੇ ਸਮਝੌਤਾ ਕਰਾਤਾ ਸੀ, ਇੰਨੇ ਪੈਸੇ ਲੈ ਲਓ, ਇੰਨੇ ਪੈਸੇ ਛੱਡ ਦਿਓ, ਇਹ ਕਰਾ ਕੇ ਆਹ ਗੱਲ ਹੋਈ ਸੀ। ਸੋ ਇਹ ਚੀਜ਼ਾਂ ਹੈਗੀਆਂ, ਇਹਨਾਂ ਏਜੰਟਾਂ ਨੂੰ ਲੀਡਰਾਂ ਦੀ ਸ਼ਹਿ ਹੋ ਸਕਦੀ ਬਹੁਤ ਵੱਡੇ ਪੱਧਰ 'ਤੇ, ਇਹਨਾਂ ਏਜੰਟਾਂ ਨੂੰ ਜਿਹੜੇ ਹੈਗੇ ਨੇ ਪੁਲਿਸ ਵਾਲੇ ਉਹਨਾਂ ਦੀ ਸ਼ਹਿ ਹੋ ਸਕਦੀ, ਜਾਂ ਉਹਨਾਂ ਨੂੰ ਪੈਸੇ ਪੂਸੇ ਦਿੰਦੇ ਹੋ ਸਕਦੇ ਆ। ਸੋ ਅਸੀਂ ਜਿਹੜੀ ਹੁਣ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ, ਨੰਬਰ ਸਕਰੀਨ 'ਤੇ ਆ ਰਿਹਾ, ਤੁਸੀਂ ਡਾਇਲ ਕਰਕੇ ਆਪਣੇ ਦਿਲ ਦੀ ਗੱਲ ਜਿਹੜੀ ਹੈ ਕਹਿ ਸਕਦੇ ਹੋ। ਇੱਕ ਤਾਂ ਇਹ ਕਦੇ ਤੁਹਾਡੇ ਕਿਸੇ ਰਿਸ਼ਤੇਦਾਰ, ਦੋਸਤ, ਮਿੱਤਰ, ਭੈਣ ਭਰਾ, ਕਿਸੇ ਪੇਂਡੂ ਦੇ ਇਸ ਤਰ੍ਹਾਂ ਏਜੰਟ ਕੋਲ ਪੈਸੇ ਫਸੇ ਹੋਣ, ਅਤੇ ਉਦੋਂ ਬਾਅਦ ਕੀ ਹੱਲ ਕੀਤਾ, ਨਿਕਲੇ ਨਹੀਂ ਨਿਕਲੇ, ਮਰ ਗਏ, ਕੀ ਹੋਇਆ, ਇਹ ਜ਼ਰੂਰ ਸਾਂਝਾ ਅਸੀਂ ਕਰਾਂਗੇ। ਇਹ ਸਾਂਝਾ ਕਰਨ ਦਾ ਇੱਕ ਫਾਇਦਾ ਹੋਏਗਾ ਕਿ ਘੱਟੋ ਘੱਟ ਜਿਹੜੇ ਹੁਣ ਇੱਧਰੋਂ ਆਪਾਂ ਕਹਿੰਦੇ ਵੀ ਹਲ ਮੈਂ ਤੈਨੂੰ 5 ਲੱਖ ਭੇਜਦਾ ਦਿਆ ਫਲਾਨੇ ਏਜੰਟ ਨੂੰ, ਉਹ ਚੀਜ਼ ਘੱਟ ਸਕਦੀ ਹੈ। ਸੋ ਇਹ ਅੱਜ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ। ਏਜੰਟਾਂ ਕੋਲ ਅਸੀਂ ਪੈਸਾ ਦਿੰਦੇ ਹਾਂ, ਬਹੁਤ ਸਾਰਾ ਦਿੰਦੇ ਹਾਂ। ਬੜੀ ਵਾਰੀ ਇਹ ਮੰਗ ਵੀ ਉੱਠੀ ਸੀਗੀ ਕਿ ਏਜੰਟ ਜਿਹੜੇ ਰਜਿਸਟਰਡ ਹੋਣੇ ਚਾਹੀਦੇ ਆ। ਬਹੁਤ ਸਾਰੇ ਪੁਲਿਸ ਨੇ ਵੀ ਇਹ ਚੀਜ਼ਾਂ ਕਹੀਆਂ ਕਿ ਤੁਸੀਂ ਅਗਰ ਕਿਸੇ ਏਜੰਟ ਨੂੰ ਪੈਸੇ ਦਿੰਦੇ ਹੋ ਤਾਂ ਸਾਡੀ ਮੌਜੂਦਗੀ ਵਿੱਚ, ਜਾਂ ਤੁਸੀਂ ਥਾਣੇ ਪਹਿਲਾਂ ਦੱਸ ਕੇ ਅਤੇ ਫਿਰ ਤੁਸੀਂ ਉਹਨਾਂ ਨੂੰ ਪੈਸੇ ਦਿਓ। ਪਰ ਅਸੀਂ ਕਹਿੰਦੇ ਨਾ 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 ਨਾ, ਜੇ ਅਸੀਂ 5 ਲੱਖ ਉਹਨੂੰ ਫੜਾਉਣ ਗਏ ਤਾਂ 50,000 ਪੁਲਿਸ ਵਾਲੇ ਨੂੰ ਮੰਗ ਲੈਣਾ, ਮੈਂ ਤੁਹਾਡਾ ਧਿਆਨ ਰੱਖਣ ਦਾ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ, ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਏਜੰਟਾਂ ਨੂੰ ਬੜਾਵਾ ਦੇ ਰਹੀਆਂ। ਏਜੰਟ ਕਿਸੇ ਨੂੰ ਕਿਤੇ ਲਾ ਦਿੰਦੇ, ਕਿਸੇ ਨੂੰ ਕਿਤੇ ਲਾ ਦਿੰਦੇ ਆ। ਆਹ ਬੰਦੇ ਵੀ ਜਿਹੜੇ ਹੈਗੇ ਨੇ, ਇਹ ਕਹਿੰਦੇ ਜੀ ਸਾਨੂੰ ਕਹਿੰਦੇ ਸੀ ਵੀ ਤੁਹਾਨੂੰ ਇੱਥੋਂ ਹੁਣ ਕਿਸੇ ਦੂਸਰੇ ਸ਼ਹਿਰ ਲੈ ਕੇ ਜਾਣਾ,
ਉਹ ਤਾਂ ਕਹਿੰਦੇ ਜਦੋਂ ਇੰਡੀਆ ਕੋਲ ਪਹੁੰਚ ਗਏ ਤਾਂ ਉਹ ਨਕਸ਼ਾ ਜਿਹੜਾ ਮੋਹਰੇ ਟੀਵੀ ਦੇ ਵਿੱਚ ਆਉਂਦਾ ਹੁੰਦਾ ਉਹਨੇ ਦੱਸਿਆ ਅੱਗੇ ਇੰਡੀਆ ਦਿਖਾਤਾ ਤਾਂ ਫਿਰ ਪਤਾ ਲੱਗਾ ਵੀ ਇਹ ਇੰਡੀਆ ਵਾਪਸ ਆ ਗਿਆ, ਕੁਛ ਨਹੀਂ ਕਰ ਸਕਦੇ ਹੁਣ ਕੀ ਕਰੀਏ, ਕਹਿੰਦੇ ਜਹਾਜ਼ 'ਚ ਛਾਲ ਮਾਰ ਦਈਏ। ਸੋ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਉਮੀਦ ਕਰਦੇ ਹਾਂ ਇਹਦਾ ਵਿਸ਼ਾ ਵੀ ਤੁਹਾਨੂੰ ਵਧੀਆ ਲੱਗੂਗਾ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ ਇੱਕ ਵਾਰ ਫਿਰ ਅਤੇ ਗੱਲਬਾਤ ਜਿਹੜੀ ਚੱਲ ਰਹੀ ਉਹ ਏਜੰਟਾਂ ਦੀ ਚੱਲ ਰਹੀ ਹੈ, ਆਉਣਾ ਹਰ ਬੰਦਾ ਚਾਹੁੰਦਾ ਪਰ ਤਰੀਕੇ ਹੁਣ ਤਕਰੀਬਨ ਖਤਮ ਹੁੰਦੇ ਜਾਂਦੇ ਦਿਨੋ ਦਿਨ, ਠੀਕ ਹੈ। ਫਿਰ ਇਲੀਗਲ ਤਰੀਕੇ ਜਿਹੜੇ ਵੱਜਦੇ ਆ ਉਹ ਬਿਲਕੁਲ ਕਿਸੇ ਪੱਖੋਂ ਸੇਫ ਨਹੀਂ ਹੈਗੇ। ਪਹਿਲਾਂ ਚਲੋ ਕਬੂਤਰਬਾਜ਼ੀ 'ਚ ਕਾਫੀ ਬੰਦੇ ਕਹਿੰਦੇ ਆ, ਕਲਾਕਾਰਾਂ ਨੇ ਕਾਫੀ ਛੱਡੇ ਆ, ਕੁਛ ਰਾਗੀ ਜਾਂ ਗ੍ਰੰਥੀ ਸਾਹਿਬਾਨ ਇੱਧਰ ਆਏ ਨੇ ਕੀਰਤਨ ਕਰਨ ਆਏ ਨੇ, ਕਬੱਡੀ ਵਾਲੇ ਬੰਦੇ ਬਹੁਤ ਆਏ ਨੇ, ਉਦੋਂ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ। ਹੁਣ ਇਹ ਦੋ ਚੀਜ਼ਾਂ ਜਿਹੜੀਆਂ, ਇੱਕ ਤਾਂ ਵਿਜ਼ਟਰ ਵਾਲੇ ਜਿਹੜੇ ਆ ਕੇ ਫਿਰ ਇੱਧਰ ਸਾਈਨ ਮਿਲਾਉਂਦੇ ਨੇ ਅਤੇ ਜਾਂ ਫਿਰ ਵਿਆਹ ਸ਼ਾਦੀ ਦੇ ਸਿਲਸਿਲੇ ਜਿਹੜੇ ਆਉਂਦੇ ਨੇ, ਅਤੇ ਦੂਜਾ ਜਿਹੜਾ ਕੰਮ ਹੈਗਾ ਇਹ ਵੀ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਥੋੜ੍ਹਾ ਜਿਹਾ ਔਖਾ ਹੋ ਜਾਏਗਾ ਕਿ ਇੱਧਰ ਆ ਕੇ ਅਸਾਈਲਮ ਜਿਹੜੀ ਲਾਉਂਦੇ ਆ। ਹੁਣ ਅਸਾਈਲਮ ਦੀ ਵੀ ਬਕਾਇਦਾ ਇੱਕ ਫੀਸ ਜਾਂ ਸਾਰਾ ਕੁਛ ਇਹਨਾਂ ਨੇ ਨਿਰਧਾਰਿਤ ਕਰਤੀ ਹੈ ਜਿਹੜੀ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਹੋਰ ਔਖਾ ਕਰ ਦੂਗੀ। ਸੋ ਕੀ ਹੱਲ ਹੈ ਜਿਹੜੇ ਬੰਦੇ ਚਾਹੁੰਦੇ ਨੇ? ਇੱਕ ਜਿਹੜਾ ਪੜ੍ਹ ਲਿਖ ਕੇ ਆਉਣਾ ਜਾਂ ਪੜ੍ਹਾਈ ਦੇ ਬੇਸ 'ਤੇ ਆਉਣਾ, ਉਹ ਸਾਡੇ ਪੰਜਾਬ ਦੇ ਵਿੱਚ ਰਿਵਾਜ਼ ਜਿਹੜਾ ਬਹੁਤ ਘੱਟ ਹੈ, ਉਹ ਜ਼ਿਆਦਾ ਨਹੀਂ ਕਰਨਾ ਚਾਹੁੰਦੇ। ਵੈਸੇ ਬੈਂਗਲੌਰ ਦੀ ਗੱਲ ਕਰੀਏ ਤਾਂ ਜਿਹੜੀਆਂ IT ਕੰਪਨੀਆਂ ਇੱਥੋਂ ਦੀਆਂ ਹੈਗੀਆਂ, ਈਵਨ ਬਿਲ ਗੇਟਸ ਵਗੈਰਾ, ਉਹ ਸਿੱਧਾ ਜਹਾਜ਼ ਉੱਥੇ ਲੈ ਜਾਂਦੇ ਨੇ, ਚੁਣ ਚੁਣ ਕੇ ਉੱਥੋਂ ਜਿਹੜੇ ਹੈਗੇ ਨੇ ਟੇਲੈਂਟ ਪੜ੍ਹੇ ਲਿਖੇ IT ਦੇ ਬੰਦੇ, ਉਹਨਾਂ ਨੂੰ ਸਾਰਿਆਂ ਨੂੰ ਲਿਆ ਕੇ ਇੱਥੇ ਜੋਬਾਂ ਦਿੰਦੇ ਨੇ। ਸੋ ਉਹ ਚੀਜ਼ ਪੰਜਾਬ ਦੇ ਵਿੱਚ ਕਿਵੇਂ ਹੋ ਸਕਦੀ ਵੀ ਅਸੀਂ ਜੋਬ ਦੇ ਸਿਲਸਿਲੇ 'ਚ ਇੱਧਰ ਆਈਏ? ਹੈਗਾ ਪਰ ਬਹੁਤ ਘੱਟ ਹੈਗਾ। ਸੋ ਤੁਹਾਡੀਆਂ ਕਾਲਾਂ ਲੈਂਦੇ ਹਾਂ ਜਾਣਦੇ ਤੁਹਾਡੇ ਵਿਚਾਰ ਵੀ ਇਹਦਾ ਕੀ ਹੱਲ ਹੋ ਸਕਦਾ, ਕੀ ਗੱਲ ਹੋ ਸਕਦੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ, ਅੱਜ ਦੇਖ ਲਈ ਹੋਣੀ ਖਬਰ ਕਿ 160 ਬੰਦੇ ਫੇਰ ਚਾੜ੍ਹਦੇ ਆ ਇੰਡੀਆ ਨੂੰ? ਫੇਰ ਚਾੜ੍ਹਦੇ ਜੀ, ਚਾੜ ਹੀ ਜਾਂਦੇ ਆ, ਪਤਾ ਨੀ ਹੁਣ ਕੀ ਰੱਬ ਦੀ ਮਰਜ਼ੀ ਆ, ਆਉਣੋ ਵੀ ਨੀ ਹਟਦੇ, ਚਾੜਨੋ ਵੀ ਨੀ ਹਟਦੇ, ਹੁਣ ਤਾਂ ਖਤਰਾ ਹੀ ਹੋ ਗਿਆ ਕੰਮ ਦਾ। ਨਹੀਂ ਹੁਣ ਤਾਂ ਬੜਾ ਨਹੀਂ, ਮੈਂ ਜਿਹੜੀ ਗੱਲ ਕਰਦਾ ਸੀਗਾ, ਹੁਣ ਬੈਂਗਲੌਰ ਤੋਂ ਸੁਰਿੰਦਰ ਸਿੰਘ ਜੀ ਬਹੁਤ ਲੋਕ ਆਉਂਦੇ ਨੇ ਸਿੱਧੇ ਜੋਬ ਦੇ ਬੇਸ 'ਤੇ, ਆਪਣੇ ਪੰਜਾਬ ਦੇ ਰੁਝਾਨ ਕਿਉਂ ਘੱਟ ਹੈ ਕਿ ਪੜ੍ਹਾਈ ਲਿਖਾਈ ਜਾਂ ਉਸ ਬੇਸ 'ਤੇ ਇੱਧਰ ਆ ਸਕਣ ਲੋਕ? ਹੁਣ ਸਾਡੇ ਮੁੰਡੇ ਤਾਂ ਪੜ੍ਹਦੇ ਨੀ ਜੱਗੀ, ਪੜ੍ਹਨੇ ਨੀ, ਜੇ ਪੜ੍ਹਦੇ ਆ ਤਾਂ ਜਿਹੜੇ BA GBA ਜਿਹੜੀ ਨੀ, ਦੇਖੋ ਜਿਹੜਾ ਬਾਦਲਾਂ ਨੇ ਪੰਜਾਬ ਨੂੰ ਖਤਮ ਕੀਤਾ ਉਹ ਤੁਹਾਨੂੰ ਦੱਸਾਂ 15 ਸਾਲਾਂ ਨੂੰ ਹੋਰ ਅਸਰ ਦਿਸਣਾ, ਕਿਉਂਕਿ ਜਦੋਂ ਕੋਈ ਵੀ ਚੀਜ਼ ਹੁੰਦੀ ਨਾ ਉਹ ਹੌਲੀ ਹੌਲੀ ਤਰੱਕੀ ਕਰਦੀ ਆ, ਹੌਲੀ ਹੌਲੀ ਥੱਲੇ ਜਾਂਦੀ ਹੁੰਦੀ ਆ। ਅਸੀਂ ਜਿਹੜੀਆਂ ਪਾਲਿਸੀਆਂ ਹੈ ਨਸ਼ਿਆਂ ਦੀ ਗੱਲ ਕਰੀਏ ਤੇ ਨਸ਼ਿਆਂ ਦੇ ਵਿੱਚ ਸਾਰਿਆਂ ਦਾ ਨਹੀਂ ਪਰ ਕਾਫੀ ਨੌਜਵਾਨਾਂ ਦਾ ਲੱਗਣ ਦਾ ਕਾਰਨ ਇਹ ਵੀ ਹੈਗਾ ਕਿ ਉਹਨਾਂ ਨੂੰ ਕੰਮ ਇੱਥੇ, ਜਿਵੇਂ ਮੈਂ ਇੱਥੇ ਚਾਹੇ ਮੈਂ TV 'ਤੇ ਕੰਮ ਕਰਦਾ, ਮੈਂ ਹੋਰ ਕੋਈ ਵੀ ਕੰਮ ਕਰ ਸਕਦਾ, ਕੰਮ ਉਸ ਤਰ੍ਹਾਂ ਦਾ ਮਿਲ ਜਾਂਦਾ। ਬਜ਼ੁਰਗ ਆ ਕਿ ਉਹਨੂੰ ਉਸ ਤਰ੍ਹਾਂ ਦਾ ਮਿਲ ਜਾਂਦਾ, ਲੇਡੀ ਹੈ ਅਨਪੜ੍ਹ ਹੈ ਉਹਨੂੰ ਕੰਮ ਉਸ ਤਰ੍ਹਾਂ ਦਾ ਮਿਲ ਜਾਂਦਾ, ਅਤੇ ਪੰਜਾਬ ਦੇ ਵਿੱਚ ਉਸ ਚੀਜ਼ਾਂ ਹੈ ਨਹੀਂ, ਇਸ ਕਰਕੇ ਜ਼ਿਆਦਾ ਲੋਕ ਨਸ਼ਿਆਂ 'ਚ ਇਸ ਕਰਕੇ ਵੀ ਲੱਗਦੇ ਆ। ਨਹੀਂ ਕੰਮ ਵੀ ਉੱਥੇ ਵੀ ਤਕਰੀਬਨ ਥੋੜ੍ਹੇ ਬਹੁਤੇ ਤਾਂ ਮਿਲਦੇ ਆ ਪਰ ਉਹ ਕਰਨਾ ਨਹੀਂ ਅਸੀਂ ਉੱਥੇ ਚਾਹੁੰਦੇ, ਕਿਉਂਕਿ ਉਹਦਾ ਮੁੱਲ ਨਹੀਂ ਪੂਰਾ ਮਿਲਦਾ ਤੇ ਦੂਏ ਪਾਸੇ ਉਹਦਾ ਗੁਜ਼ਾਰਾ ਨਹੀਂ ਹੁੰਦਾ ਬੰਦੇ ਦਾ। ਨਹੀਂ, ਕੰਮ ਤਾਂ ਨਹੀਂ, ਗੁਜ਼ਾਰੇ ਤੋਂ ਇਲਾਵਾ ਜਿਹੜਾ ਸਾਡੇ ਦਿਮਾਗ ਦੇ ਵਿੱਚ ਬੈਠਾ ਮੈਂ ਹੁਣ ਇਹ ਕਰੂੰਗਾ ਕੰਮ, ਮੈਂ ਹੁਣ ਆਹ ਕਰੂੰਗਾ, ਸਾਡੇ ਤਾਂ ਸਾਡੇ ਇੱਕ ਬੰਦੇ ਨੇ ਟੀਚਰ ਦੀ ਜੋਬ, ਕਿੱਡੀ ਵਧੀਆ ਜੋਬ ਹੈ, ਫਰੀ ਐਨ ਸਰਕਾਰੀ ਸਕੂਲ ਦਾ ਟੀਚਰ, ਵਿਹਲੇ ਬੈਠ ਕੇ ਖਾਣ ਵਾਲੀ ਗੱਲ ਹੈ, ਤੇ ਉਹਨੇ ਇਸ ਕਰਕੇ ਜੋਬ ਨਹੀਂ ਕੀਤੀ, ਮੈਂ ਹੁਣ ਕਹਿੰਦਾ ਜਵਾਕਾਂ ਦੀਆਂ ਨਲੀਆਂ ਸਾਫ਼ ਕਰਦਾ ਫਿਰੂੰ ਮੈਂ। ਡਰਾਈਵਰੀ ਨੂੰ ਜਾਂ ਟਰੱਕਾਂ ਨੂੰ ਵਗੈਰਾ ਵਗੈਰਾ ਨੂੰ ਇੱਥੇ ਦੇਖੋ ਕਿੰਨਾ ਫਾਸਟ ਕੰਮ ਹੈ ਨਾ। ਅਸੀਂ 1971 ਚ ਅੱਗੀ ਜੀ ਆਪਣਾ, ਚਲੋ ਮਾੜਾ ਮੋਟਾ ਟਰੱਕਾਂ ਦਾ ਕੀਤਾ ਸੀ, ਇੰਨੇ ਨਜ਼ਾਰੇ ਲੁੱਟੇ, ਮਤਲਬ ਹਰ ਵੇਲੇ ਜੇਬਾਂ ਪੈਸਿਆਂ ਨਾਲ ਭਰੀਆਂ ਰਹਿਣੀਆਂ, ਕਿਉਂਕਿ ਆਮਦਨ ਕਮਾਈ ਕਰਦੇ ਸੀ, ਪਰ ਹੁਣ ਲੋਕ ਕੰਮ ਵੀ ਕਰਨ ਤੁਰਨ ਵੀ ਉੱਥੇ, ਕੰਮ ਤਾਂ ਕੋਈ ਜੱਗੀ ਜੀ ਕਰਦਾ ਹੀ ਨਹੀਂ। ਹੁਣ ਫਿਰ ਜਦ ਕੰਮੇ ਨਹੀਂ ਤੁਸੀਂ ਕਰਨਾ, ਹੁਣ ਦੇਖੋ ਮਸ਼ੀਨਰੀ ਆ ਗਈ ਸਾਰੀ, ਬੀਜ ਤੀ ਵੱਢ ਲਈ, ਚੱਲ ਮੇਰੇ ਭਾਈ ਵਿਹਲੇ, ਅੱਗੇ ਹੱਥੀਂ ਕੰਮ ਕਰਦੇ ਸੀ, ਸਭ ਕੁਝ ਬਚਦਾ ਸੀ, ਅਤੇ ਹੁਣ ਏਜੰਟਾਂ ਦੇਖੋ ਕਿੰਨਾ ਦੁੱਖ ਲੱਗਦਾ, ਜਾਂ ਬੰਦੇ ਰਾਹਾਂ 'ਚ ਮਰਦੇ, ਜਵਾਨ ਪੁੱਤ ਮਰਦੇ ਆ, ਸਾਡੇ ਧੀਆਂ ਵੀ ਹੁਣ ਤਾਂ ਮਰਨ ਲੱਗ ਪਈਆਂ, ਬੜਾ ਦੁੱਖ ਲੱਗਦਾ ਜੀ। ਹਾਂਜੀ, ਅੱਛਾ ਨਹੀਂ ਸੁਰਿੰਦਰ ਸਿੰਘ ਜੀ, ਸਵਾਲ ਇਹ ਹੈ ਕਿ ਅਸੀਂ ਟੋਟਲ ਕਸੂਰ ਏਜੰਟਾਂ ਦਾ ਕੱਢਦੇ ਹਾਂ ਇਹਦੇ 'ਚ? ਏਜੰਟਾਂ ਕੋਲ ਤਾਂ ਅਸੀਂ ਜਾਂਦੇ ਹਾਂ, ਉਹ ਸਹੁਰੋ ਸਾਨੂੰ ਲੈਣ ਆਉਂਦੇ ਪਏ ਸਾਡੇ ਕੋਲ, ਉਹ ਨਹੀਂ ਤਾਂ ਦੇਖੋ ਜੱਗੀ ਜੀ ਤੁਸੀਂ ਹੁਣ ਚਲਾਉਂਦੇ ਹਾਂ TV ਚਲਾਉਂਦੇ ਇੱਥੇ ਬੈਠੇ,
ਤੁਸੀਂ ਸਾਨੂੰ ਕਹਿੰਦੇ ਆ ਕਾਲ ਤਾਂ ਅਸੀਂ ਕਰਦੇ ਹਾਂ ਤੁਹਾਨੂੰ, ਤੁਸੀਂ ਥੋੜ੍ਹਾ ਸਾਡੇ ਤੋਂ ਕਹਿੰਦੇ ਵੀ ਕਾਲ ਕਰੋ ਸਾਨੂੰ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ, ਅਸੀਂ ਕਾਲ ਕਰਦੇ ਤੁਹਾਨੂੰ, ਹੈ ਨਾ? ਜੀ 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 ਤੁਹਾਡਾ ਥੋੜ੍ਹਾ ਕਸੂਰ ਹੈ, ਤੁਸੀਂ ਤਾਂ ਆਪਣਾ ਪ੍ਰੋਗਰਾਮ ਕਰਨਾ, ਨਾ ਕੋਈ ਕਾਲ ਕਰੂਗਾ ਤਾਂ ਵੀ ਤੁਸੀਂ ਪ੍ਰੋਗਰਾਮ ਆਪਣਾ ਕਰਕੇ ਚਲੇ ਜਾਣਾ ਹੈ, ਪ੍ਰੋਗਰਾਮ ਤਾਂ ਵੀ, ਹੈ ਨਾ? ਇਹ ਤਾਂ ਇਹ ਸਾਡੀ ਲੋੜ ਆ ਵੀ ਚਲੋ ਅਸੀਂ ਕਹਿੰਦੇ ਅਸੀਂ ਵੀ ਟੀਵੀ ਤੇ ਬੋਲੀਏ, ਸਾਡੀ ਵੀ ਆਵਾਜ਼ ਲੋਕਾਂ 'ਚ ਜਾਵੇ। ਫਿਰ ਇਹ ਤਾਂ ਚੀਜ਼ ਸਾਰਿਆਂ ਤੇ ਲਾਗੂ ਹੋ ਗਈ, ਇਹ ਤਾਂ ਬਾਬਿਆਂ ਤੇ ਵੀ ਲਾਗੂ ਹੁੰਦੀ, ਬਾਬਾ ਕਿਹੜਾ, ਬਾਬਾ ਕਹਿੰਦਾ ਅਸੀਂ ਕਿਹੜਾ ਤੁਹਾਨੂੰ ਘਰੋਂ ਲੈਣ ਜਾਂਦੇ ਹਾਂ, ਤੁਸੀਂ ਸਾਡੇ ਕੋਲ ਆਉਂਦੇ ਹੋ, ਬਿਲਕੁਲ ਸਾਰਿਆਂ ਦੇ ਇਹੀ ਹੁੰਦੀ ਆ। ਤੁਸੀਂ ਤੁਸੀਂ ਤਾਂ ਚਲੋ ਪੜ੍ਹੇ ਲਿਖੇ, ਤੁਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤਾਂ ਦੇਖੋ ਕਹਿੰਦਾ ਕੀ ਆ, ਇਹਨਾਂ ਗੱਲੋਂ ਤਾਂ ਰੋਕਦਾ ਪਰ ਨਹੀਂ ਅਸੀਂ ਹਟਦੇ। ਹੁਣ ਅਸੀਂ ਕਹੀ ਜਾਂਦੇ ਠੇਕੇ ਬੰਦ ਕਰ ਦਿਓ, ਠੇਕੇ ਬੰਦ ਕਰ ਦਿਓ, ਤੁਸੀਂ ਸ਼ਰਾਬ ਲੈਣ ਹਟ ਜਾਓ, ਠੇਕੇਦਾਰ ਤੀਏ ਦੇ ਨੱਠ ਜਾਊਗਾ, ਹੈਨਾ? ਹਾਂ, ਹੁਣ ਪਰਾਲੀ ਦਾ ਜ਼ੋਰ ਪਾਈ ਜਾਂਦੇ, ਪਰਾਲੀ ਦਾ ਕਿਸਾਨਾਂ ਨੂੰ ਦੋਸ਼ ਦੇਈ ਜਾਂਦੇ, ਪਰਾਲੀ ਦੇ ਕਾਰਨ ਕਈ ਹੋਰ ਨੇ, ਉਹਦਾ ਹੱਲ ਨਹੀਂ ਲੱਭਦੇ, ਦੋਸ਼ ਦੇਈ ਜਾਂਦੇ ਕਿਸਾਨਾਂ ਨੂੰ। ਸਾਰਾ ਗੰਦਾ ਪਾਣੀ ਫੈਕਟਰੀਆਂ ਦਾ ਉਹਦੇ ਚ ਪਾਈ ਜਾਂਦੇ ਆ, ਤੁਸੀਂ ਲੁਧਿਆਣੇ ਵਿੱਚੀ ਚਿੱਟੇ ਕੱਪੜੇ ਇੱਕ ਪਾਸੇ ਪਾ ਕੇ ਦੂਏ ਪਾਸੇ ਨਿਕਲ ਜਾਓ, ਤੁਹਾਡੇ ਕੱਪੜੇ ਪਾਉਣ ਵਾਲੇ ਨੀ ਰਹਿੰਦੇ, ਉਹ ਇੰਨਾ ਉਹ ਫੱਕ ਫੂਕੀ ਜਾਂਦੇ ਫੈਕਟਰੀਆਂ ਵਾਲੇ, ਹੋਰ ਸਭ ਕੁਝ ਜੋ ਹੱਥੋਂ ਦਾ ਫੂਕੀ ਜਾਂਦੇ, ਏਦਾਂ ਧੂੰਏ ਨਿਕਲਦੇ, ਤੁਸੀਂ ਲੁਧਿਆਣੇ ਚ ਲੰਘ ਕੇ ਦੇਖੋ ਕਿੱਦਾਂ ਚਿਮਨੀਆਂ ਚ ਧੂੰਏ ਨਿਕਲਦੇ ਆ ਜੀ। ਪੰਜਾਬ ਦੇ ਵਿੱਚ 50,000 ਕੇਸ ਦਰਜ ਹੋਇਆ ਕਿਸਾਨਾਂ ਦੇ ਪਰਾਲੀ ਸਾੜਨ ਦਾ, ਦੱਸੋ ਜੀ 50,000 ਤੱਕ ਗਿਣਤੀ ਪਹੁੰਚ ਗਈ ਹੈ, ਤੇ ਦੱਸੋ ਕੀ ਕਰੂਗਾ ਲੋਕ, ਕੀ ਹੈਗਾ ਉੱਥੋਂ ਦਾ ਸਿਸਟਮ, ਤੇ ਕੀ ਤੁਸੀਂ ਉੱਥੇ ਜੀਓਗੇ, ਤੇ ਕੀ ਤੁਸੀਂ ਉੱਥੇ ਰਹੋਗੇ, ਕੀ ਕਰੋਗੇ? ਨਹੀਂ ਜੀ, ਨਹੀਂ ਉਹ ਤਾਂ ਜੱਗੀ ਖਤਮ ਕਰਤਾ ਨਹੀਂ, ਉਹ ਤੁਹਾਨੂੰ ਦੱਸਿਆ ਪਾ ਜੇ ਤੁਸੀਂ 10-15 ਹੋਰ ਦੇਖਿਓ, ਇਹਨੀ ਹਾਲ ਕੀ ਕੀਤਾ ਪੰਜਾਬ ਦਾ, ਹੋਣਾ ਕੀ ਆ ਉਹ ਤਾਂ ਕਿਸੇ ਵੇਲੇ ਨਾ, ਜਿੱਦਾਂ ਹੁਣ ਸਾਡਾ ਮਕਾਨ ਆ ਉਹਨੂੰ 50 ਸਾਲ ਹੋ ਗਏ ਪਏ, ਉਹਦੇ ਟੀਰਨ ਪਾਇਓ ਸੀ, ਉਹਦੀਆਂ ਹੁਣ ਛੱਤਾਂ ਹਵਾ ਦੇ ਹਿਸਾਬ ਤੇ ਖੜੀਆਂ, ਉਹ ਟੀਰਨ ਵੀ ਗਲ ਗਏ ਆ, ਗਾਡਰ ਵੀ ਗਲੇ, ਉਹ ਸਿਰਫ ਛੱਤਾਂ ਉਹ ਹਵਾ ਦੇ ਕਰਕੇ ਖੜੀਆਂ ਆ, ਇਸ ਕਰਕੇ ਇੱਦਾਂ ਜਦੋਂ ਨੀਆਂ ਵੀ ਖੋਖਲੀਆਂ ਹੋ ਗਈਆਂ, ਜਿੱਦਣ ਡਿੱਗਣਾ ਧੜੰਮ ਕਰਕੇ ਡਿੱਗਣਾ, ਇਹ ਹਾਲ ਨਹੀਂ ਕਰਤਾ, ਨਹੀਂ ਖੋਖਲਾ ਕਰਤਾ ਸਾਰਾ, ਐਵੇਂ ਹੁਣ ਖੜਾ ਢਾਂਚਾ ਦਿਸਦਾ, ਜਦੋਂ ਡਿੱਗਣਾ ਧੜੰਮ ਕਰਕੇ ਦਾ ਇਹ ਹਾਲ ਹੋ ਗਿਆ। ਜਿਵੇਂ ਨਾ ਜੀ ਇੱਥੇ ਚੰਡੀਗੜ੍ਹ ਦੀ ਗੱਲ, ਜਦੋਂ ਖੇਤਾਂ ਖੁੱਤਾਂ 'ਚ ਘਰ ਹੁੰਦੇ ਜਾਂ ਜਿਹੜੇ ਮਕਾਨ ਵੀ ਬਣੇ, ਹਾਂਜੀ ਹਾਂਜੀ, ਉੱਥੇ ਘੁਣ ਥੱਲੇ ਖੜਦੇ, ਅਲਮਾਰੀਆਂ ਬੜੀਆਂ ਸੋਹਣੀਆਂ ਬਾਹਰੋਂ ਦੇਖਣ ਨੂੰ ਐਨ, ਬਾਹਰੋਂ ਬੜੀਆਂ ਸੋਹਣੀਆਂ, ਬੰਦਾ ਕਰਦਾ ਉਹ ਇੱਕ ਦਿਨ, ਜਿਵੇਂ ਵਾਟਰ ਏਡ ਦੇ ਸੈਂਟਰ ਦੀਆਂ ਉਹ ਬਿਲਡਿੰਗਾਂ ਨਾ, ਉੱਥੇ ਹੀ ਐਂ ਥੱਲੇ ਹੀ ਬਹਿ ਗਈਆਂ, ਥੱਲੇ ਹੀ ਬਹਿ ਜਾਂਦੀਆਂ ਜੀ। ਸੋ ਇਹੀ ਹਾਲ ਪੰਜਾਬ, ਬਿਲਕੁਲ ਬਿਲਕੁਲ। ਜਿੱਤੋ ਇਹ ਤਾਂ ਹੁਣ ਦੇਖੋ ਬੰਦੇ ਜਿੱਦਾਂ ਆਉਂਦੇ ਆਪਣੇ ਜਿਹੜੇ ਵਿਚਾਰੇ ਚੋਰੀ ਛੱਪੀ, ਤਾਂ ਕਿੰਨਾ ਇਹਦਾ ਨੁਕਸਾਨ ਆ, ਇੱਕ ਜਿਹੜਾ ਬੰਦਾ ਪੱਕਾ ਉੱਥੋਂ ਜਾ ਕੇ ਮੁੜਨ, ਤੇ ਉਹਨੂੰ ਕਹਿੰਦੇ ਵਜੇ 3 ਤੜਕੇ ਦੇ, ਦਾਦੀ ਮਾਂ ਨੇ ਠਾ ਲਿਆ, ਕਹਿੰਦੀ ਅੱਜ ਤੋਂ ਤਿਆਗ ਨੀਂਦਾ ਪੁੱਤ ਭਾਗਾਂ ਬਾਲਿਆ, ਮਲਦਾ ਅੱਖਾਂ ਵਾਸੀ ਨਾਲ ਉੱਠ ਪਿਆ ਸੀ, ਵੇਖਿਆ ਤਾਂ ਖੂੰਜੇ ਵਿੱਚ ਲੱਗਾ ਬਾਪੂ ਡੁਸਕ ਰਿਹਾ ਸੀ, ਕਾਹਲੀ ਨਾਲ ਨਹਾ ਕੇ ਖਿੱਚ ਲਈਆਂ ਤਿਆਰੀਆਂ, ਕੰਧ ਨਾਲ ਕੰਧ ਹੋਈ ਬੈਠੀਆਂ ਭੈਣਾਂ ਨੇ ਵਿਚਾਰੀਆਂ, ਜਦੋਂ ਗੱਡੀ ਲਾਏ ਹੱਥ ਸਭ ਨੇ ਕਲੇਜੇ ਰਿੱਝ ਗਏ, ਮਾਂ ਦੀਆਂ ਅੱਖਾਂ ਭਿੱਜੀਆਂ ਪੁੱਤ ਦੇ ਮੋਢੇ ਭਿੱਜ ਗਏ, ਹੌਲੀ ਜਿਹੇ ਕਿੱਲੀ ਤੋਂ ਯਾਰ ਦਾ ਰੁਮਾਲ ਖੋਲਿਆ, ਛੇਤੀ ਕਰ ਲੈ ਨਲਾਇਕਾ ਤਾਂ ਤਾਇਆ ਬੋਲਿਆ, ਤੁਰੇ ਜਾਂਦੇ ਨੇ ਜਦੋਂ ਮੈਂ ਬੂਰੀ ਮੱਝ ਵੱਲ ਤੱਕਿਆ, ਇੰਜ ਲੱਗਾ ਜਿਵੇਂ ਆਖਦੀ ਖਿਆਲ ਰੱਖੀ ਬੱਚਿਆ, ਵੱਜਿਆ ਸੈਲਫ ਤੇ ਮਰੂਤੀ ਕਾਰ ਤੁਰ ਪਈ ਸੀ, ਮਿਰਜੇ ਦੀ ਬੱਕੀ ਹਵਾ ਨੂੰ ਗੰਢਾਂ ਦੇਣ ਰਹੀ ਸੀ, ਪਿੱਛੇ ਭੌਂਕੇ ਪਿੰਡ ਦਾ ਨਿਸ਼ਾਨ ਸਾਹਿਬ ਦੇਖਿਆ, ਚੰਗਾ ਨਹੀਂ ਜਨਮ ਭੂਮੀ ਏ ਜਾਂਦੀ ਵਾਰ ਮੱਥਾ ਟੇਕਿਆ, ਚੰਗਾ ਨਹੀਂ ਜਨਮ ਭੂਮੀ ਏ ਜਾਂਦੀ ਵਾਰ ਮੱਥਾ ਟੇਕਿਆ, ਪਿੰਡ ਦੀ ਅਜੂਹੇ ਸਾਨੂੰ ਯਾਦ ਰੱਖ ਲਈ ਨੀ, ਪਰਦੇਸੀਆਂ ਚ ਲਿਖ ਲਈ, ਵਿਹਲਣਾ ਚ ਸਾਡਾ ਨਾਂ ਕੱਟ ਦੇ ਨੀ, ਪਿੰਡ ਦੀ ਅਜੂਹੇ ਸਾਨੂੰ ਯਾਦ ਰੱਖ ਲਈ ਨੀ, ਪਰਦੇਸੀਆਂ ਚ ਸਾਡਾ ਨਾਂ ਲਿਖ ਲਈ, ਤੇ ਵਿਹਲਣਾ ਚੋਂ ਸਾਡਾ ਨਾਂ ਕੱਟ ਦੇ ਨੀ ਜੀ, ਤੇ ਹੁਣ ਵਿਹਲਣਾ ਚੋਂ ਨਾਂ ਕੱਟ ਦੇ, ਹੁਣ ਅਸੀਂ ਆ ਕੇ ਕੰਮ ਕਰਨਾ, ਇਹ ਕੰਮ ਵਾਲਿਆਂ ਦੇ ਲਿਖ ਲਈ ਨਾ। ਮਿਹਰਬਾਨੀ, ਬਹੁਤ ਮਿਹਰਬਾਨੀ, ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਸੀਂ ਵੀ ਕਾਲ ਕਰਕੇ ਆਪਣੀ ਕੋਈ ਸਲਾਹ ਜਿਹੜੀ ਹੈਗੀ ਆ, ਸਲਾਹ ਵੈਸੇ ਤਾਂ ਕਹਿੰਦੇ ਬਿਨਾਂ ਮੰਗਿਆ ਸਲਾਹ ਦੇਣੀ ਨਹੀਂ ਚਾਹੀਦੀ, ਫਿਰ ਵੀ ਚੰਗੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਕਿਤੇ ਵੀ ਕਰ ਸਕਦੇ ਹਾਂ, 100 ਬੰਦਾ ਜੇ ਸੁਣਦਾ, 100 ਬੰਦਾ ਦੇਖਦਾ, ਤਾਂ ਉਹਦੇ 'ਚੋਂ 1-2 ਬੰਦੇ ਵੀ ਉਹਦੇ 'ਤੇ ਕੋਈ ਗੱਲਬਾਤ ਹੋ ਜਾਂਦੀ, ਅਮਲ ਹੋ ਜਾਂਦਾ, ਤਾਂ ਉਹ ਚੰਗੀ ਗੱਲ ਹੈ। ਫਿਲਹਾਲ ਵੇਖ ਲੈਂਦੇ ਹਾਂ ਬ੍ਰੇਕ ਤੋਂ ਬਾਅਦ, ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਦੀ ਗੱਲਬਾਤ ਤੁਹਾਨੂੰ ਪਤਾ ਹੀ ਹੈ ਚੱਲ ਰਹੀ ਹੈ, ਆਪਣੀ ਏਜੰਟਾਂ ਦੀ ਗੱਲਬਾਤ ਚੱਲ ਰਹੀ ਹੈ, ਏਜੰਟਾਂ ਦਾ ਕਸੂਰ ਕਿੰਨਾ ਕੁ, ਸਾਡਾ ਕਸੂਰ ਕਿੰਨਾ ਕੁ, ਕੀ ਇਹਦਾ ਹੱਲ ਹੈਗਾ ਅਤੇ ਕੀ ਕਰਨਾ ਚਾਹੀਦਾ ਅਤੇ ਕੀ ਹੋ ਸਕਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ, ਹੋਰ ਜੀ ਕੀ ਹਾਲ ਆ? ਬਹੁਤ ਵਧੀਆ ਜੀ। ਮੈਂ ਕਿਹਾ ਹੁਣ ਉੱਧਰ ਕਿਸੇ ਨੂੰ ਕਹਿੰਦੇ ਵੀ ਇੱਧਰ ਕੰਮ ਕੁੰਮ ਕਰ ਲਓ, ਤੇ ਅਗਲਾ ਕਹਿੰਦਾ ਆਪ ਟੌਰ ਨਾ ਉੱਥੇ ਬੈਠਾ, ਸਾਨੂੰ ਕਹਿੰਦਾ ਇੱਧਰ ਕੰਮ ਕਰ ਲਓ, ਕੀ ਹੱਲ ਇਹਨਾਂ ਚੀਜ਼ਾਂ ਦਾ, ਕੀ ਹੋ ਸਕਦਾ? ਪਹਿਲਾਂ ਕੀ ਆਪਣੇ ਹੁੰਦਾ ਨਾ ਅਜੀਤ ਸਿੰਘ ਕੁਹਾੜ, ਉਹਦਾ ਮੇਰੇ ਨਾਲ ਬਹੁਤ ਚੰਗੀ ਪਿੰਗੀ ਹੁੰਦੀ, ਮੈਂ ਉੱਥੇ ਹੁੰਦਾ ਸੀ,
ਉਹ ਦੇਖ ਲਓ ਜੀ ਉਹਨੇ ਉਹਦਾ ਮੇਰੇ ਨਾਲ ਬਹੁਤ ਸਾਰ ਪੈਂਦਾ ਹੁੰਦਾ ਜਦੋਂ ਜਦੋਂ ਵੀ ਝਗੜਨਾ ਹੁੰਦਾ ਮੇਰੇ ਨਾਲ। ਆਹੋ ਉਹਨਾਂ ਨੇ ਦੇਖੋ ਉਹ ਘਰ ਚਲੇ ਗਿਆ, ਉਹ ਤੁਰ ਗਿਆ ਤੇ ਉਦੋਂ ਬਾਅਦ ਤੋਤਾ ਸਿੰਘ ਜੀ ਆ ਗਿਆ ਪੋਲੀਟੀਕਲ ਲੀਡਰ ਵਿਚ ਆਉਂਦੇ ਹੁੰਦੇ ਸੀਗੇ ਸਾਡੇ ਹੁੰਦਾ ਸੀ ਇੱਧਰ ਅਟਵਾਲ ਅਮਰਜੀਤ ਸਮਰਾ ਇਹ ਹੁੰਦੇ ਸੀ ਕਾਂਗਰਸੀ ਤੇ ਮੈਂ ਕਾਂਗਰਸ ਵਿਚ ਹੁੰਦਾ ਸੀਗਾ ਇਹ ਦੋਵੇਂ ਪਿੱਛੇ ਐਨ ਮੇਰੇ ਖੜੇ ਹੋ ਜਾਂਦੇ ਸੀ ਗੱਲ ਹੀ ਕੋਈ ਨੀ। ਨਹੀਂ ਆਪਾਂ ਜਿਹੜੀ ਗੱਲ ਕਰ ਰਹੇ ਉਹਦਾ ਉਹਦੇ ਬਾਰੇ ਕੀ ਵਿਚਾਰ ਨੇ ਜਿਹੜੀ ਅਸੀਂ ਗੱਲ ਕਰ ਰਹੇ ਵੀ ਸਾਡੇ ਉਹ ਹੈ ਜੀ ਮੈਂ ਵੀ ਉਹਨਾਂ ਵਿੱਚ ਆ ਮੇਰਾ ਵੀ ਇੱਕ ਨੰਬਰ ਉਹਨਾਂ ਵਿੱਚ ਮੈਂ ਰਾਤੀ ਗੱਲ ਕੀਤੀ ਸੀ ਆਪਣੇ ਨਾਲ ਅੱਛਾ ਕੀ ਆਪਣਾ ਮੁੰਡਾ ਜਿਹੜਾ ਹੈਗਾ ਉਹਨਾਂ ਨਾਲ ਗੱਲ ਕੀਤੀ ਸੀ ਮੈਂ ਕਿਹਾ ਮੇਰਾ ਵੀ ਆ ਪਰ ਮੇਰਾ ਕੰਮ ਹੋਰ ਆ ਮੈਂ ਦੋ ਪਾਸੇ ਮੇਰੇ ਦੋ ਮੇਰੇ ਕਿਸਮ ਮੇਰੀ ਵਾਈਫ ਆ ਤੀਸ ਸਿਟੀਜ਼ਨ ਉਹ ਮੈਨੂੰ ਹਿੱਲ ਨਹੀਂ ਦਿੰਦੀ ਆਪਣੇ ਕੋਲ ਨੰਬਰ ਇੱਕ ਨੰਬਰ ਦੋ ਮੇਰੀ ਮੇਰੀ ਬੇਟੀ ਆ ਤੀਸ ਸਿਟੀਜ਼ਨ ਮੈਂ ਪਾਲ ਸਿੰਘ ਬੋਲ ਰਿਹਾ ਸਰ ਜੀ ਕੈਲੀਫੋਰਨੀਆ ਤੋਂ। ਜੀ ਜੀ ਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ ਕੀ ਕਹਿਣਾ ਚਾਹੁੰਦੇ? ਪਹਿਲੇ ਤੇ ਮੈਂ ਤੇ ਪਹਿਲਾਂ ਤੁਹਾਡਾ ਧੰਨਵਾਦ ਕਰਾਂਗਾ ਕਿ ਸੁਰਿੰਦਰ ਸਿੰਘ ਜੀ ਦਾ ਜਿਹੜਾ ਤੁਸੀਂ ਉਹਨਾਂ ਸਵਾਲ ਜਵਾਬ ਕੀਤੇ ਮੈਂ ਉਹਨਾਂ ਦਾ ਚੇਲਾ। ਅੱਛਾ ਜੀ ਅੱਛਾ ਬਾਤ ਤੇ ਜੇ ਉਹ ਮੇਰੀ ਆਵਾਜ਼ ਸੁਣਦੇ ਹੋਣਗੇ ਮੈਨੂੰ ਇੱਕ ਡਿਫਰੈਂਟ ਨਾਂ ਤੋਂ ਪਹਿਚਾਣਦੇ ਨੇ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਕਵਿਤਾ ਦੇ ਰੂਪ ਵਿੱਚ ਤੁਹਾਡੇ ਪ੍ਰੋਗਰਾਮ 'ਚ ਬੋਲ ਕੇ ਜਾਂਦੇ ਨੇ ਜੀ ਤੁਸੀਂ ਮੈਂ ਤਾਂ ਨਹੀਂ ਸਾਂਭ ਸਕਦਾ ਜੇ ਅਸੀਂ ਉਹਨਾਂ ਨੂੰ ਸਾਂਭ ਕੇ ਕਿਸੇ ਉਹਨੂੰ ਪਬਲਿਸ਼ ਕਰ ਸਕੀਏ ਕੋਸ਼ਿਸ਼ ਕਰਾਂਗੇ। ਤੁਸੀਂ ਇਹਨਾਂ ਬਾਰੇ ਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ 160 ਬੰਦੇ ਚਾੜੇ ਨੇ ਬਹੁਤ ਸਖਤੀ ਹੋ ਰਹੀ ਪਰ ਸਾਡੇ ਆਉਣ ਦਾ ਫਿਰ ਵੀ ਅਸੀਂ ਆਈ ਜਾਂਦੇ ਏਜੰਟਾਂ ਨੂੰ ਦੋਸ਼ ਦਿੰਦੇ ਹਾਂ ਇਹਦੇ ਬਾਰੇ ਕੀ ਵਿਚਾਰ ਨੇ ਜੀ? ਮੇਰਾ ਵਿਚਾਰ ਇਹ ਹੈ ਜੀ ਕਿ ਡੈਮੋਕ੍ਰੇਸੀ ਸੀ ਇਹ ਇੰਡੀਆ ਦੇ ਵਿੱਚ ਕਹਿੰਦੇ ਸਨ ਪਰ ਜੀ ਆਫ ਦੀ ਪੀਪਲ ਫਾਰ ਦੀ ਪੀਪਲ ਐਂਡ ਬਾਈ ਦੀ ਪੀਪਲ ਤੁਸੀਂ ਪੰਜਾਬ ਦੇ ਵਿੱਚ ਜੋ ਕਰ ਦਿੱਤਾ ਆਫ ਦੀ ਬਾਦਲ ਫਾਰ ਦੀ ਬਾਦਲ ਐਂਡ ਬਾਈ ਦੀ ਬਾਦਲ ਤੇ ਫਿਰ ਤੁਸੀਂ ਵੈਸੇ ਭੁਗਤਣਾ ਤੇ ਪੈਣਾ ਨਾ ਜੀ। ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਮਨਜੀਤ ਸਿੰਘ ਜੀ ਕੀ ਵਿਚਾਰ ਨੇ? ਵਿਚਾਰ ਇਹ ਆ ਵੀ ਕਿਸੇ ਟਾਈਮ ਪੈਸੇ ਦੇ ਯੋਗ ਨਾ ਆਉਂਦੇ ਸੀ ਬੰਦੇ ਬਾਹਰ ਇਹ ਕੋਈ ਪੈਸਾ ਹੁੰਦਾ ਹੀ ਆ ਜਾਂਦਾ ਇਹਦਾ ਆਉਣਾ ਆਪਦੇ ਬੱਚੇ ਤੇ ਉਦੋਂ ਬਾਅਦ ਫਿਰ ਰੁਝਾਨ ਮੇਰੇ ਹਿਸਾਬ ਨਾਲ ਉਦੋਂ ਬਾਅਦ ਜ਼ੋਰ ਫੜਿਆ। ਹਾਂਜੀ ਅਸੀਂ ਉਸ ਤੋਂ ਪਹਿਲਾਂ ਨਿਕਲਿਆ ਸੀ ਫਰਵਰੀ 84 ਚ ਨਿਕਲਿਆ ਸੀ ਉਹ ਇਹ ਆਪਣੇ ਹੋਇਆ ਜੂਨ ਚ ਬਾਅਦ ਚ ਹਨਾ ਅਖਬਾਰਾਂ ਵਿਚ ਟੀਵੀਆਂ ਦੇ ਉੱਪਰ ਜਿਵੇਂ ਖੁਦ ਅੰਬੈਸੀ ਚ ਬੈਠੇ ਹੁੰਦੇ ਆ ਤੇ ਉਹ ਸਟੈਂਪ ਜਿਹੜੀ ਵੀਜ਼ੇ ਵਾਲੀ ਉਹਨਾਂ ਦੇ ਹੱਥ ਚ ਹੁੰਦੀ ਆ। ਹਾਂਜੀ 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 ਫਿਰ ਕੁਛ ਨੀ ਹੈ ਉਹਨਾਂ ਕੋਲ ਕੁਛ ਨੀ ਹੈਗਾ ਹੈ ਤੁੱਕਾ ਬਹੁਤ ਸਾਰੇ ਬੱਚੇ ਆਪ ਆਨਲਾਈਨ ਭਰ ਕੇ ਤੇ ਆਪ ਆਨਲਾਈਨ ਉਹਨਾਂ ਦੇ ਵੀਜ਼ੇ ਜਿਹੜੇ ਨੇ ਉਹ ਅਪਰੂਵ ਵੀ ਹੋਏ ਨੇ। ਚਲੋ ਮਿਹਰਬਾਨੀ ਆਪਣਾ ਮਨਜੀਤ ਸਿੰਘ ਜੀ ਤੁਹਾਡੀ ਬਹੁਤ ਮਿਹਰਬਾਨੀ ਇਹ ਚੀਜ਼ ਜਿਹੜੀ ਹੈਗੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੋ ਸਕਦੀ ਹੈ ਕਿ ਬੱਚੇ ਸਾਡੇ ਜਿਹੜੇ ਹੈਗੇ ਨੇ ਉਹ ਖੁਦ ਕੋਸ਼ਿਸ਼ ਕਰਨ ਕਰਦੇ ਰਹਿਣ ਜੇ ਸਹੀ ਹੋਏ ਉਹਨਾਂ ਦੇ ਕਾਗਜ਼ ਪੱਤਰ ਅਤੇ ਉਹਨਾਂ ਦੀ ਕੁਆਲੀਫਿਕੇਸ਼ਨ ਸਹੀ ਹੋਈ ਤਾਂ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਔਰ ਬਹੁਤ ਘੱਟ ਪੈਸੇ ਆ ਜਿੰਨੀਆਂ ਵੀ ਫੀਸਾਂ ਲੱਗਦੀਆਂ ਉਹੀ ਫੀਸਾਂ ਲੱਗਦੀਆਂ। ਇੱਕ ਇਹ ਟ੍ਰੈਂਡ ਹਜੇ ਸਾਡੇ ਪੰਜਾਬ ਦੇ ਵਿੱਚ ਆਇਆ ਨਹੀਂ ਜਿਹੜੇ ਬੱਚੇ ਪੜ੍ਹੇ ਲਿਖੇ ਹੈਗੇ ਨੇ ਇੱਕ ਅੱਧਾ ਪਰਸੈਂਟ ਉਹ ਇਹ ਵੀ ਕਰਦੇ ਨੇ ਹੋਰ ਵੀ ਕਈ ਕੁਛ ਹੋ ਸਕਦਾ ਫਿਲਹਾਲ ਦੇਖ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ।
ਜੀ ਪ੍ਰੋਗਰਾਮ ਦਾ ਤਕਰੀਬਨ ਵਕਤ ਖਤਮ ਹੋ ਚੁੱਕਾ ਹੈ, ਕਾਲਾਂ ਸਿਲਸਿਲਾ ਹੋਰ ਤਾਂ ਬਿਲਕੁਲ ਨਹੀਂ ਲਿਆ ਹੋਣਾ, ਬਾਕੀ ਬਲਕਿ ਹੋਰ ਗੱਲਬਾਤ ਜਿਹੜੀ ਹੈ ਉਹ ਵੀ ਕੋਈ ਹੁਣ ਨਹੀਂ ਜ਼ਿਆਦਾ ਕਰ ਹੋਣੀ, ਕੱਲ੍ਹ ਨੂੰ ਬਾਕੀ ਗੱਲਬਾਤ ਤੁਹਾਡੇ ਨਾਲ ਹੋਊਗੀ, ਕੱਲ੍ਹ ਨੂੰ ਹੋਰ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਅੱਜ ਤਾਂ ਸਿਰਫ ਮੈਂ ਇੰਨਾ ਹੀ ਕਹਿਣਾ ਚਾਹਾਂਗਾ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਈਮੇਲ ਜ਼ਰੂਰ ਕਰੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ ਜਿਹੜਾ 209-450-33-62, ਇਹ 'ਤੇ ਵੀ ਤੁਹਾਡੀਆਂ ਕਾਲਾਂ ਆਉਂਦੀਆਂ ਨੇ, ਤੁਹਾਡੀ ਹਰ ਗੱਲਬਾਤ ਜਿਹੜੀ ਹੁੰਦੀ ਹੈ ਕੋਸ਼ਿਸ਼ ਕਰੀਦੀ ਹਰ ਜਗ੍ਹਾ ਪਹੁੰਚ ਕੇ ਅਤੇ ਗੱਲਬਾਤ ਕਰੀਏ। 24 ਨਵੰਬਰ ਨੂੰ ਫੇਅਰਫੀਲਡ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਫੇਅਰਫੀਲਡ ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ, ਤਾਂ ਉੱਥੇ ਜ਼ਰੂਰ ਪਹੁੰਚੋ। ਅਤੇ ਅਸੀਂ ਐਲਏ ਦੇ ਵਿੱਚ ਵੀ ਜਿਹੜਾ ਹਾਲੀਵੁੱਡ ਸਿੱਖ ਟੈਂਪਲ ਹੈਗਾ ਉਹਨਾਂ ਵੱਲੋਂ, ਹਾਲੀਵੁੱਡ ਸਿੱਖ ਟੈਂਪਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਨੇ ਸਮਾਗਮ, ਅਤੇ ਇਸ ਸਾਲ ਵੀ ਉਹ ਫਰੈਂਡਸ ਆਡੀਟੋਰੀਅਮ ਦੇ ਵਿੱਚ ਹੋ ਰਹੇ ਨੇ, 24 ਨਵੰਬਰ ਨੂੰ ਸੇਮ ਡੇ ਉੱਥੇ ਹੋ ਰਹੇ ਨੇ। ਸਾਡੀ ਟੀਮ ਜਿਹੜੀ ਹੈ ਦੋਹਾਂ ਜਗ੍ਹਾ 'ਤੇ ਪਹੁੰਚੀ ਹੋਊਗੀ, ਦੋਹਾਂ ਜਗ੍ਹਾ 'ਤੇ ਤੁਹਾਡੇ ਨਾਲ ਦਰਸ਼ਨ ਮੇਲੇ ਕਰਾਂਗੇ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਪਤਾ।